शिमारू के नए वीडियोस के लिए सब्सक्राइब कीजिए और बेल आइकन को दबाना न भूलें। शराब पीना सेहत लिए हानिकारक है। जो लेना मैं तो ले ला, रब दा वास्ता तैनू मेरी जान बख्श दे। जान बख्श दे जेड़ा बंदा अपनी जबान तमक रे अनु बग्गर सिंह इस धरती ते जीवन दा कोई हक नहीं दिंदा नहीं दिंदा। आए दलेर सिंगा मैं तो मरिया देवी अंगूठे लवा ले तू ते फिर भी जूना वे अली। हाँ जी अंगूठा लवा वे पुरिया। हाँ पण भैया एदे ते तेल छिड़क एदी डोली तोरिए तेल छिड़क सिरिया लवा साले दा गूठा ओ मामा फाड़े नू Ha 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 ha
ਇਸਰਾ ਦਿਲੇ ਦਰਜਾ ਦਿਲੇ ਰੇਤੀ ਜੜ ਚੁੱਲੇ ਪਾ ਉਹ ਯਾਰ ਕੀਰਤ, ਸਾਡੀ ਮਜ਼ਦੂਰੀ ਕਦੋਂ ਪੱਲੇ ਪਾਏਗਾ ਤੂੰ ਯਾਰ? ਤੜਕੇ ਦਾ ਚਾਰ ਵਾਰ ਕੱਪੜਾ ਮਰਵਾ ਲਿਆ ਤੂੰ ਜੀਪ 'ਤੇ, ਸਾਲੇ ਭੁੱਖੇ ਅੱਡ ਮਾਰਤੇ ਯਾਰ, ਬੋਲਦਾ ਨੀ। ਉਹ ਤੂੰ ਮਜ਼ਦੂਰੀ ਦੱਸ ਦੇ ਆਪਣੀ, ਉਹ ਤੂੰ ਘਸੁੰਨ ਖਾ, ਗਾਲਾਂ ਖਾ, ਛਿੱਤਰ ਖਾ, ਲੱਫੜ ਖਾ, ਭੌਂਕ ਕੀ ਖਾਵੇਂਗਾ? ਉਹ ਤੇਰੀ ਜਾਨ ਨੂੰ ਠੁੱਡਿਆਂ ਦਾ ਘਾਟਾ ਹੈ। ਉਹ ਦੇਖ ਓਏ, ਤੇਰੇ ਵਾਲੀ ਕੁਝ ਲੱਗਦੀ ਆ ਰਹੀ ਹੈ। ਕੀ ਹਾਲ ਆ ਮੇਰੇ ਰਾਂਝੇ ਦਾ? ਬਸ ਯਾਰ, ਤਾਂ ਤੇਰੀ ਚੂਰੀ ਉਡੀਕੀ ਜਾਂਦੇ ਸੀ। ਕਿਉਂ, ਘਰੇ ਪੱਕੀਆਂ ਨੀ ਕਿ ਦਿੱਤੀਆਂ ਨੀ ਕਿਸੇ ਨੇ? ਉਹ ਜੱਟ ਤਾਂ ਹੁਣ ਹੀਰ ਦੀਆਂ ਲਿਆਂਦੀਆਂ ਤੇ ਗਿੱਜ ਗਿਆ, ਘਰ ਦੀਆਂ ਤਾਂ ਸਵਾਦ ਹੀ ਨੀ ਲੱਗਦੀਆਂ। ਕੋਈ ਕੰਮ ਕਾਰ ਵੀ ਕਰ ਲਿਆ ਕਰ, ਉਹ ਬਿੱਜੂ ਜੇ ਨੂੰ ਲੈ ਕੇ ਸਾਰਾ ਦਿਨ ਜੀਪ ਤੇ ਹੀ ਫਿਰਦਾ ਰਹਿੰਦਾ ਆ। ਉਹ ਜੱਟਾਂ ਦੇ ਪੁੱਤ ਕੰਮ ਕਾਰ ਨਹੀਂ ਕਰਦੇ ਹੁੰਦੇ। ਜੇ ਜੱਟਾਂ ਦੇ ਪੁੱਤ ਕੰਮ ਕਰਨ ਲੱਗ ਪੈਣ ਤੇ ਪੰਜਾਬ ਦੇ ਸਾਰੇ ਭਈਏ ਭੁੱਖੇ ਨਹੀਂ ਮਰ ਜਾਣਗੇ? ਚੱਲ ਚੱਲ, ਬਾਲੀਆ ਫੁਕਰੀਆ ਨਾ ਮਾਰ, ਕਾਲਜ ਜਾ ਲੈਂਦੇ ਮੈਨੂੰ, ਲੇਟ ਹੋ ਜਾਣਾ ਮੈਂ, ਛੇਤੀ ਖਾ ਲਾ। ਚੱਲ ਚੰਗਾ, ਆ ਲੈ ਤੇਰੀ ਚੂਰੀ ਤੇ ਮੈਂ ਚੱਲੀ। ਓਏ ਹੋਏ, ਜਦ ਵੀ ਜਾਨੀ ਹੈ ਜੱਟ ਦੀ ਜਾਨ ਕੱਢ ਕੇ ਲੈ ਜਾਨੀ ਹੈ। ਉਹ ਪਾਲਾ ਸਿਆ, ਘਰੀ ਆ। ਓਏ ਆ ਜਾਓ ਮੈਂਬਰੋ, ਲੰਘਿਓ, ਇੱਥੇ ਕਿਹੜਾ ਝਾਂਜਰ ਵਾਲੀ ਬੈਠੀ ਹੈ ਜਿਹੜੇ ਕੁੰਡੇ ਲਾਉਣੇ ਆ? ਆ ਗਏ ਬਈ, ਆ ਜਾਓ ਆ ਜਾਓ ਵੀ ਲੰਘਿਓ, ਬੈਠੋ। ਉਹ ਕਿਵੇਂ ਮੈਂਬਰ ਸਾਹਿਬ, ਅੱਜ ਕਿਵੇਂ ਸਾਡਾ ਘਰ ਦਿਸ ਪਿਆ? ਉਹ ਦਰਸ਼ਨ ਦੇ ਰੋਲੇ ਪਿੱਛੇ ਆਏ ਸੀ। ਦਰਸ਼ਨ ਦਾ ਮੇਰਾ ਕੋਈ ਰੋਲਾ ਹੀ ਨਹੀਂ। ਦਰਸ਼ਨ ਵਿਚਾਰਾ ਗਰੀਬ ਬੰਦਾ, ਜਿਹੜੀ ਤੂੰ ਇਹਦੀ ਜ਼ਮੀਨ ਨੱਪੀ ਫਿਰਦਾ ਨਾ, ਉਹ ਇਹਨੂੰ ਵਾਪਸ ਕਰ ਦੇ। ਉਹ ਨਾਲੇ ਬਥੇਰੀ ਵਾਹ ਖਾ ਲਈ। ਉਹ ਕਿਹੜਾ ਛੋਟਾ ਸਾਲਾ ਜ਼ਮੀਨ ਦਰਸ਼ਨ ਦੀ ਹੈ? ਇਹਦਾ ਬੁੜਾ ਮੈਨੂੰ ਬੈ ਕਰਕੇ ਦੇ ਕੇ ਗਿਆ ਸੀ। ਬਾਪੂ ਦੀ ਦਾਰੂ ਪੀਣ ਦੀ ਲੱਤ ਦਾ ਨਜਾਇਜ਼ ਫਾਇਦਾ ਚੱਕ ਕੇ ਤੁਸੀਂ। ਦਾਰੂ ਮੁਫਤੀ ਨਹੀਂ ਮਿਲਦੀ, ਟਾਵੇਂ ਲੱਗਦੇ ਆ ਟਾਵੇਂ। ਤੁਹਾਡਾ ਬੁੜਾ ਤਲੀ ਤੇ ਧਰਾ ਕੇ ਗਿਆ, ਨੀਲੇ ਨੀਲੇ ਨੋਟ, ਲੰਡੇ ਚੜੇ ਦੇ ਕੰਨ ਵਰਗੇ। ਉਹ ਤੁਸੀਂ ਬੋਲਦੇ ਕਿਉਂ ਨਹੀਂ ਹੋਏ? ਤੁਹਾਡੇ ਮੂੰਹ 'ਚ ਕੀ ਮੋਦੇ ਅੜ ਗਏ? ਹਾਂ ਹਾਂ ਪੰਚਾਇਤੇ, ਬਾਈ ਤੋਂ ਪੈਸੇ ਲੈ ਕੇ ਦਾਰੂ ਪੀ ਕੇ ਡਿੱਗਿਆ ਰਹਿੰਦਾ ਸੀਗਾ ਦਰਸ਼ਨ ਦਾ ਪਿਓ। ਜਿੰਨਾ ਚਿਰ ਪੈਸੇ ਨਹੀਂ ਨਾ ਮਿਲਦੇ ਸੀ, ਉਨਾ ਚਿਰ ਉੱਠਦਾ ਨਹੀਂ ਸੀ ਇੱਥੋਂ। ਉਹ ਨਾਲੇ ਗੱਲ ਸੁਣੋ ਦਰਸ਼ਨਾ, ਕਿੰਨੀ ਵਾਰ ਸ਼ਰਾਬੀ ਬੁੜੇ ਨੂੰ ਤੇਰੇ ਘਰੇ ਛੱਡ ਕੇ ਆਏ ਸੀ, ਤੈਨੂੰ ਤਾਂ ਪਤਾ ਹੀ ਹੈ ਸਾਰਾ। ਉਹ ਟਕੇ ਰਹੋ ਤੁਸੀਂ, ਮਾਮਾ ਗਵਾਹ ਤੇ ਭੇਡਾਂ ਪੂਰੀਆਂ, ਸਾਰਾ ਪਿੰਡ ਜਾਣਦਾ ਤੁਹਾਨੂੰ ਵੱਡੇ ਸ਼ਾਹੂਕਾਰਾਂ ਨੂੰ। ਉਹ ਸਾਲਿਆ ਮੂੰਹ ਸੰਭਾਲ ਕੇ ਬੋਲ, ਮੈਥੋਂ ਬੂਥਾ ਨਾ ਬਣਾ ਲਈ ਕਿਤੇ। ਸਾਲਾ ਹੋਏਗਾ ਤੂੰ, ਹੱਥ ਲਾ ਕੇ ਤਾਂ ਵਿਖਾ, ਦਿਨੇ ਪੰਬੂ ਤਾਰੇ ਨਾਲ ਵਿਖਾ ਦੇ ਤਾਂ ਮੇਰਾ ਨਾਲ ਵੀ ਦਰਸ਼ਨ ਨਾ ਜਾਣੀ, ਵੱਡਾ ਬਦਮਾਸ਼ ਬਣਦਾ। ਮੈਂ ਵਿਖਾਉ ਰੰਗ ਤੇਰੇ ਸਾਲੇ ਨੂੰ। ਇਹ ਕੀ ਖੜਾ ਕਤੀੜਾ, ਭੈਣ ਦੇ ਖਸਮਾ, ਮੈਂ ਕਿਹੜੇ ਪੈ ਜਾ ਤੇਰੇ ਕਸੂਤੀ ਥਾਂ ਤੇ, ਮੇਰੇ ਪੁੱਤ ਸਿਰ ਫੜ ਕੇ ਰੱਖਤਾ। ਕੁੜੀਏ ਜ਼ਿਆਦਾ ਬੋਲੀ ਨਾ, ਤੇ ਫੜ ਕੇ ਗੁੱਤਰੇ ਸਾਰੇ ਵਿਹੜੇ ਦੇ ਵਿੱਚ ਕੜੀਸੀ ਫਿਰੂ ਮੈਂ। ਓਏ ਪੰਚਾਇਤ ਦਾ ਲਿਆ ਕੇ ਰੱਖ ਲੈਂਦੇ, ਸ਼ਰਮ ਆਣੀ ਚਾਹੀਦੀ ਤੁਹਾਨੂੰ। ਨਹੀਂ ਤੂੰ ਆਪਦੇ ਜਿਹੜੇ ਭਰਵਈਏ ਨੂੰ ਲਿਆਉਣਾ ਆ, ਮੈਂ ਵੀ ਖੇਤ 'ਚ ਮਿਲੂੰਗਾ, ਦੇਖਦੇ ਕਿਹੜਾ ਸਾਲਾ ਖੇਤ 'ਚ ਵੜ ਕੇ ਵਿਖਾਊਗਾ। ਹਾਂ ਬਈ ਵਿਚੋਲਿਆ, ਵੰਡ ਪੱਤੇ, ਨਾਲੇ ਗੱਲ ਸੁਣ ਲਓ ਕੰਨ ਖੋਲ ਕੇ ਇਸ ਵਾਰੀ।
ਜਿਹੜਾ ਭਾਬੀ ਬਣਿਆ ਉਹਨੂੰ ਗਾਣੇ ਤੇ ਘੁੰਡ ਕੱਢ ਕੇ ਨੱਚਣਾ ਪੈਣਾ। ਠੀਕ ਆ ਬਈ? ਆਪਾਂ ਤਾਂ ਤਿਆਰ ਆ ਬਾਈ, ਭਾਬੀ ਬਣਾ ਲਓ ਭਾਵੇਂ ਦਿਓਰ ਬਣਾ ਲਓ। ਚੱਲ ਵੰਡ ਫਿਰ ਪੱਤੇ। ਜੋਰਾ ਬਰਾਂ ਨੇ ਕਬਜ਼ਾ ਕਰ ਲਿਆ, ਮੈਂ ਬੜੇ ਬਾਈ ਜੀ ਨੂੰ ਇਹਨੂੰ ਮਿਲਾਉਣ ਵਾਸਤੇ ਲੈ ਕੇ ਆਏ ਆ। ਠੀਕ ਆ ਬੇਲੀਆ, ਮਿਲਾਉਂਦੇ ਆ ਤੈਨੂੰ ਬਾਈ ਜੀ ਦੇ ਨਾਲ। ਦਰਸ਼ਨ ਸਿਆ, ਰੱਬ ਦੇ ਘਰੋਂ ਤਾਂ ਸ਼ਾਇਦ ਕਦੇ ਕੋਈ ਖਾਲੀ ਮੁੜ ਗਿਆ ਹੋਊਗਾ, ਪਰ ਸਾਡੇ ਬਾਈ ਜੀ ਦੀ ਹਵੇਲੀ ਚੋਂ ਅੱਜ ਤੱਕ ਕੋਈ ਖਾਲੀ ਨਹੀਂ ਗਿਆ। ਤੈਨੂੰ ਇਨਸਾਫ ਜ਼ਰੂਰ ਮਿਲੂਗਾ। ਜੇ ਚੂਹੇ ਖਾਣਿਆਂ ਨੇ ਫਣ ਚੁੱਕਣੇ ਸ਼ੁਰੂ ਕਰ ਦਿੱਤੇ ਤਾਂ ਉਹਨਾਂ ਨੂੰ ਫੇਣ ਦਾ ਵੱਲ ਵੀ ਚੰਗੀ ਤਰ੍ਹਾਂ ਜਾਣਦਾ। ਦੁੱਲਾ ਵੇਲੀ ਜਮੀਨ ਛਡਾਉਣ ਟੋਟਣ ਬਣਾ ਕੇ ਤੁਰ ਗਿਆ। ਮੈਂ ਤਾਂ ਵੱਡੇ ਵੱਡੇ ਖੱਬੀ ਖਾਨਾ ਨੂੰ ਨੱਥ ਪਾਲਾ, ਪਰ ਛੋਟੇ ਮੋਟੇ ਨੂੰ ਤਾਂ ਕਮੀ ਨੀ ਕੀ ਦੇਣਾ। ਤਾਂ ਤਾਂ ਬਾਈ ਅਸੀਂ ਤੈਨੂੰ ਘੈਂਟ ਸਮਝਦੇ ਹਾਂ। ਉਹਨੇ ਤਾਂ ਕੁੱਤੇ ਹਾਣੀ ਕਰਾ ਕੇ ਜਾਣਾ ਸੀ, ਭਾਲਦਾ ਸੀ ਸਾਲਾ ਝੋਟਿਆ ਕਰੋ ਲੱਸੀ। ਜੇ ਮੈਂ ਗਲਤ ਨਹੀਂ ਤਾਂ ਤੂੰ ਉਹੀ ਪਾਲਾ ਕਾਣਾ ਹੈ ਜਿਹੜਾ ਕਈ ਸਾਲ ਪਹਿਲਾਂ ਇੱਕ ਕੁੜੀ ਤੋਂ ਅੱਖ ਬਣਾ ਕੇ ਪਿੰਡ ਛੱਡ ਗਿਆ ਸੀ। ਉਹ ਤੀਵੀਆਂ ਤੋਂ ਲਿੱਤਰ ਖਾਣ ਵਾਲੇ ਜ਼ਮੀਨਾਂ ਦੇ ਕਬਜ਼ੇ ਕਦੋਂ ਤੋਂ ਕਰਨ ਲੱਗ ਪਏ ਡੱਡੀਏ? ਹੁਣ ਜੇ ਪੜੀ ਚਾਹੁਣਾ ਤਾਂ ਇਹ ਟਿੰਡ ਫੌੜੀ ਚੱਕ ਅਤੇ ਤਿੱਤਰ ਹੋ ਜਾ ਇੱਥੋਂ, ਨਹੀਂ ਤਾਂ ਜਾਣਦਾ। ਕੀ ਜਾਣਦਾ?
की कर लेगा तू? अजय प्यो का पोता तो कले पाले जफा पा के विखा, फिर तेन पता लगू कि पाला किस कुत्ती शहजादा। इना लंगौड़ खाना कट्ठा करके तो मेमने भी शेर बन जाना। जद हथ उठद ना तो व्डिया व्डिया दंदल पै जाए, तेरी तो औकात ही की है डडीए। साड़ी चक चके बाली फूक चक गया, हुण इहदे चंगा छतरौल फिरिया लै। वेखी पाले की दहशत, किसी की चों तक की आवाज नहीं आती। आगे पेंदू बेरांग चढ़ चढ़ डिगी जाते हैं। वाकई कब्जा लेना लंगौड़ा का कम नहीं, वैलियां का कम है। अज तो बाद जे तू मेरे सामने आया ता ओ तेरी जिंदगी दा आखरी दिन होगा। अपना जुली तप्पड़ चक ते तितर होए मैं तो उठा नहीं जांदा यार, किटे पार नहीं चलते, अखां मूरे भंबू तारे जाई जांदे। तुसी मैनू मंजे समेत ही ले जाओ यार, मंजे समेत ही चक लो, चक लो छेती, चक लो बनता सी बड़ा मरीशपुरी। और तो पुंडा दे खखर नू हाथ पा लिया, तैनू डंग वजना ही वजना, अज वजे जा कल। की होया? हालो भाई, आ गया पिंड दा रेडियो, छड्डूआ कोई ना कोई छुरली है। ओए सिब्बू, आंदे है दुल्ले क्या ने पाले नू दर्शन दी पैली चुप जाता। सच्ची मार मार के लिद करती साले दी। फिर ओ इन्ना वैलियां दे कंजर खाने तो तंग आए पे आ भरावा, ए भी कोई बंदे वाला काम आ, नित नवा झज्जू पाई रखदे आ। पर दुल्ला है तां गरीबां दे पक्ख दा। ओ छड्ड यार, आपां की लेना, वैली बंदियां दा तां ना ही माड़ा है। ऐ ना कह भाई, अपने गरीबां दा तां साथी है दुल्ला। ओ तुसी छड्डो यार, तुसी क्यों आपस च भिड़ी जांदे हो? तैनू क्या, तेरे तां पहले कुत्ते फेल होए पए आ। तू अपने साइकिल दी चैन चढ़ा, तू दस के टेंडियां लेनी है किसे दी लड़ाई जां पढ़ाई च। जा तू। ओ छड्डो यार। मैं अज अपने सोहने जे पुत नूं अपने हाथ नाल चूरी बना के खवानी आ। बेबे रोटी दा तां बहाना आ, अज फेर कोई मैनूं भाषण देना हो। ना पुत, मेरियां मत्तां नूं तूं भाषण दसदा आ, तूं वेले सिर घर आ जाया कर, मैनूं तेरी फिकर लगी रहिंदी है। ओ बेबे, तूं क्यों चिंता करदी है, तेरे पुत दी तां हवा वल नूं वी कोई झाक नहीं सकदा। बालियां फुकरियां ना तूं मारिया कर, अच्छा बस कर। बड़ा प्यार ते चोल मोल चल रही मां पुत च, भाभी थोड़ा जहा लाड साढ़े लिए भी रख लिया कर। लाड
आजा चाचा आजा, तू भी पाला थोड़ा जा चोली च, तू ही रख। ओ कीर्त, मां दिया चिड़का जी लाड हुंदा। ओए करमू, जा रोटी लेके आ मेरे पास। जी ले आया जी। यार साढ़े महकमे की रिपोर्ट के मुताबिक पंजाब विच कब्जे लैन वाले केस वध ही जा रहे ने। जे इन्हां दी नकेल ना ना कसी सैकड़ों घर बर्बाद हो जाने। जनाब, जे हर पुलिस मुलाजम अपनी ड्यूटी इमानदारी नाल निभावे ना, कब्जे तो दूर की गल, पंजाब पुलिस की मर्जी तो बिना तो चिड़ी भी नहीं फर्क सकती। यार गल तो तेरी दमदार है, पर हर पुलिस मुलाजम तेरे वर्गा नहीं हुंदा ना। हाँ जनाब, जे हर पुलिस मुलाजम इस तरह सोचे तो पंजाब का भला ना हो जाए। सच भले तो याद आया, जो मेरी पोस्टिंग बठिंडे सी ना, हाँ जी, तो कब्जा लैन वाली दो पार्टियां आपस भिड़ गई। मैं मौका वारदात ते पहुंच के दोहां नूं बड़ा समझाया, पर साले शराबिया ने मेरी गल ही ना सुनी। एक ने तो खाधे पीते मैनू ही धक्का मारता, बस फिर की सी, चढ़ गया गुस्सा मैनू भी। मैं ओ डांग वराई, ओ डांग वराई, कुट कुट के सालां दा कचुंबर कढ़ता। ओदू बाद ही मेरा ना चौधरी डांगा वाला पै गया। वाह जनाब वाह। सत श्री अकाल जी। सत श्री अकाल जी। सत श्री अकाल जी। मैनू दलेर दे चले जाण दा बहुत अफसोस है। मैं दलेर नू वापस ते नहीं लिया सकदा, पर ओदे कातलां नू जेल विच तुन के सालां बद्धी सड़न लई सजा दुआ के तुहाडे कालजे नू ठंड जरूर पहुंचा सकदा। पर एक गल सचो सच दसना, ओदा कातलां दे नाल रौला की सी? पुकर दी जमीन साडी जमीन नाल लगदे से, पुकर दा साला पूरा ते उसदा भरा धक्के नाल साडी जमीन नू कौडियां दे पाल लेना चाहुंदे सी। घर वाले ते दबाव पाउंदे रहे पर ओ नहीं मन्निया, ओ ना हंकारिया ने मेरे घर वाले नु साड़ के मार दिता। रब्बा, के की खैर गुजारिया मेरे टब्बर से। चुप कर बीबा, हौसला रख, रोया की बनना। हाँ जे तू उन्हां दे खिलाफ ठोक के गवाही देवे ना, तां पुत मेरे नूं मैं भी नहीं निकल दिंदा। एक गल होर है गुड़िया, तू किसे तो डरी ना, ना ही किसे दबाव दे थल्ले आके बयान दर्ज कराई। सच्ची सच्ची इतला दई, और तू मुटियार भी है ते सोनी सुनखी भी। असी भी तियां पैना वाले, सानू भी सोचना पैंदा। कल नू तेरे नाल कोई चंगा माड़ा हो जाए तो उन्हां दा की जांदा छटे बदमाशां दा। ਉਹਨਾਂ ਕੰਜਰਾਂ ਨੇ ਮੇਰੇ ਬਾਪੂ ਨੂੰ ਜਿਉਂਦੇ ਜੀ ਅੱਗ ਲਾ ਕੇ ਮਾਰਤਾ। ਇਸ ਤੋਂ ਵੱਧ ਨਿਰਗਰਦੀ ਹੋਰ ਕੀ ਹੋ ਸਕਦੀ ਹੈ? ਤੁਸੀਂ ਮੇਰੇ ਬਿਆਨ ਲਓ, ਮੈਂ ਗਵਾਹੀ ਦੇਵਾਂਗੀ। ਉਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ, ਬਸ ਮੇਰੀ ਆਇਓ ਜਿੱਤ ਹੈ। ਠੀਕ ਹੈ ਫਿਰ ਮਲਕੀਤ। ਹਾਂਜੀ।
ਮਾਵਾਂ ਧੀਆਂ ਦੇ ਬਿਆਨ ਲੈ ਲੈ ਜੀ ਜਨਾਬ ਹਾਂਜੀ ਹੁਣ ਵੇਖਿਓ ਤੁਸੀਂ ਕਿਵੇਂ ਉਧੇੜਦਾ ਮੈਂ ਕਾਤਲਾਂ ਦੀਆਂ ਵੱਖੀਆਂ ਬਸ ਗਵਾਹੀ ਦੇਣ 'ਚ ਕੱਚ ਨਾ ਛੱਡਿਓ ਮੈਨੂੰ ਚੌਧਰੀ ਡਾਂਗਾਂ ਵਾਲਾ ਐਵੇਂ ਨਹੀਂ ਕਹਿੰਦੇ ਮਲਗੀਤ ਸਿਆ ਜੀ ਜਨਾਬ ਬਿਆਨਾਂ ਵਾਲੀ ਫਾਈਲ ਜਰਨੈਲ ਹਾਂਜੀ ਦੇ ਫਾਈਲ ਜਨਾਬ ਮੈਂ ਜ਼ਰਾ ਬੁੱਗਰ ਸਿੰਘ ਨੂੰ ਮਿਲ ਕੇ ਆਇਆ ਜਨਾਬ ਮੈਂ ਵੀ ਚੱਲਦਾ ਨਾਲ ਤੂੰ ਕੀ ਕਰੇਗਾ ਮੈਂ ਗਿਆ ਤੇ ਆਇਆ ਬਸ ਜਨਾਬ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਆਇਆ ਬੁੱਗਰ ਸਿਆ ਦਲੇਰ ਦੀ ਘਰਵਾਲੀ ਤੇ ਉਹਦੀ ਕੁੜੀ ਨੇ ਤੇਰੇ ਖਿਲਾਫ ਬਿਆਨ ਦਰਜ ਕਰਾਇਆ ਤੇਰੀਆਂ ਗੱਲਾਂ ਸੁਣ ਸੁਣ ਕੇ ਮੇਰੇ ਕੰਨ ਪੱਕ ਗਏ ਨੇ ਥਾਣੇਦਾਰਾ ਹਰ ਰੋਜ਼ ਕਸੀਆਂ ਪਿੱਟੀਆਂ ਫਾਈਲਾਂ ਲੈ ਆਉਣਾ ਕੋਈ ਨਵੀਂ ਗੱਲ ਹੈ ਤਾਂ ਦੱਸ ਨਵੀਂ ਗੱਲ ਇਹ ਹੈ ਬੁਗਰਾ ਮੈਂ ਦਲੇਰ ਦੀ ਕੁੜੀ ਦੀ ਅੱਖਾਂ ਵਿੱਚ ਬਦਲੇ ਦੇ ਪਾਂਬੜ ਮੱਚਦੇ ਦੇਖ ਕੇ ਆ ਰਿਹਾ ਉਹ ਨਹੀਂ ਛੱਡਦੀ ਤੈਨੂੰ ਬਾਕੀ ਤੂੰ ਸਮਝਦਾਰ ਹੈ ਤੈਨੂੰ ਇੱਕ ਪਤੇ ਦੀ ਗੱਲ ਦੱਸਾਂ ਇਹਨੂੰ ਲੜ ਬਣ ਨਹੀਂ ਜਨਾਨੀਆਂ ਦੀਆਂ ਗੱਲਾਂ ਦਾ ਬੜਾ ਗੁੱਸਾ ਨਹੀਂ ਕਰੀਦਾ ਤੇ ਨਾ ਹੀ ਇਹਨਾਂ ਤੇ ਬੜਾ ਗੌਰ ਕਰੀਦਾ ਸਮਝ ਗਿਆ ਕਿਉਂਕਿ ਇਹਨਾਂ ਦੀ ਮੱਤ ਕੱਤ ਪਿੱਛੇ ਹੁੰਦੀ ਹੈ ਆਲਾ ਪਾੜਾ ਥਾਣੇਦਾਰਾ ਇਹੋ ਜਿਹੀਆਂ ਫਾਈਲਾਂ ਰਿਪੋਰਟਾਂ ਤੇ FIR ਹਜ਼ਾਰਾਂ ਬੁੱਗਰ ਦੇ ਖਿਲਾਫ ਲਿਖੀਆਂ ਗਈਆਂ ਤੇ ਸੜ ਕੇ ਸਵਾਹ ਹੋ ਗਈਆਂ ਚਲੋ ਬਈ ਗੱਡੀ 'ਚ ਬੈਠੋ ਜਨਾਬ ਬਿਆਨਾਂ ਵਾਲੀ ਫਾਈਲ ਕਿਤੇ ਅੰਦਰ ਤਾਂ ਨਹੀਂ ਭੁੱਲਿਆ ਜਨਾਬ ਆ ਕੀ ਮਲਕੀਤ ਸਿਆ ਮੇਰੇ ਕੰਮ ਵਿੱਚ ਤੂੰ ਬਹੁਤ ਹੀ ਦਖਲ ਅੰਦਾਜ਼ੀ ਨਾ ਦਿਆ ਕਰ ਚੱਲ ਬੈਠ ਅੰਦਰ ਚਲੋ ਬੈਠੋ ਛੇਤੀ ਠੰਡ ਰੱਖ ਪੂਰੇ ਠੰਡ ਜੋਸ਼ ਤੋਂ ਨਹੀਂ ਹੋਸ਼ ਤੋਂ ਕੰਮ ਲਓ ਪੈਗ ਚੱਕ ਠੰਡ ਕਾਹਦੀ ਰੱਖਾਂ ਲੱਖਿਆ ਮੇਰੇ ਤਾਂ ਤਨ ਮਨ ਦੇ ਵਿੱਚ ਅੱਗ ਲੱਗੀ ਪਈ ਆ ਸਾਲੇ ਪੁੱਛਾਂ ਚੱਕੀ ਫਿਰਦੇ ਆ ਬਾਈ ਮੈਂ ਤਾਂ ਸੋਚਦਾ ਸਾਰੇ ਟੱਬਰ ਨੂੰ ਨੰਗਾ ਕਰਕੇ ਗਲੀਆਂ 'ਚ ਘੁਮਾਈਏ ਠੀਕ ਕਹਿੰਦਾ ਭਾਂਜਿਆ ਉਹਨਾਂ ਨੂੰ ਕੀ ਪਤਾ ਲੱਗੂ ਕਿ ਸਾਡੇ ਖਿਲਾਫ਼ ਬਿਆਨਬਾਜ਼ੀ ਦਾ ਨਤੀਜਾ ਕੀ ਆ ਓਏ ਖਾਮ ਖਾ ਪੰਗਾ ਪਾ ਕੇ ਆਪਾਂ ਦਲੇਰਕੀਆਂ ਜਨਾਨੀਆਂ ਨੂੰ ਫੂਲਨ ਦੇ ਵੀ ਨਹੀਂ ਬਣਾਉਣਾ ਟਿਕੇ ਰਹੋ ਪਰ ਤੂੰ ਹੀ ਰੋਕਤਾ ਚਾਚਾ ਮੈਂ ਤਾਂ ਦੁਪਹਿਰੇ ਸਾਰੇ ਟੱਬਰ ਨੂੰ ਮੱਕੀ ਦੇ ਦਾਣਿਆਂ ਵਾਂਗੂ ਭੁੰਨ ਦੇਣਾ ਸੀ ਹੁਣੇ ਭੁੰਨ ਦਿੰਦੇ ਹਾਂ ਟਿਕ ਜਾ
ਹੁਣ ਆਪਾਂ ਚੁੱਪ ਕਰਕੇ ਬੈਠੇ ਰਹੀਏ। ਦੱਸ ਵਜੇ ਬਾਈ ਤੁਸੀਂ ਕਿਹੜੀਆਂ ਸੋਚਾਂ 'ਚ ਬੈਠੇ ਹੋ? ਛੋਟੇ, ਇੱਥੋਂ ਦੇ ਆਲੇ ਦੁਆਲੇ 100 ਪਿੰਡਾਂ 'ਚ ਕਿਸੇ ਦੀ ਜ਼ਰੂਰਤ ਨਹੀਂ ਸੀ ਕਿ ਬੁੱਗਰ ਸਿੰਘ ਦੇ ਖਿਲਾਫ ਕੋਈ ਗਵਾਹੀ ਦੇ ਸਕੇ, ਕੋਈ ਰਿਪੋਰਟ ਲਿਖਾ ਸਕੇ। ਮੈਂ ਇਹ ਸੋਚ ਰਿਹਾ ਛੋਟੇ ਕਿ ਕਿਉਂ ਨਾ ਇਸ ਲੰਡੀ ਬੁੱਚੀ ਦਾ ਸਿਰ ਕੱਢਣ ਤੋਂ ਪਹਿਲਾਂ ਹੀ ਵੱਢ ਦਿੱਤਾ ਜਾਵੇ। ਗੱਲ ਤਾਂ ਠੀਕ ਆ ਬਾਈ, ਮੈਂ ਇਹਨਾਂ ਨਾਲ ਇੰਨੀ ਭੈੜੀ ਕਰਾਂਗਾ ਕਿ ਸਾਡਾ ਨਾਂ ਸੁਣ ਕੇ ਹੀ ਲੋਕਾਂ ਦੇ ਕੱਛੇ ਪੀਲੇ ਹੋ ਜਾ ਕਰਨਗੇ। ਨਹੀਂ ਛੋਟੇ, ਜਦ ਤੱਕ ਮੈਂ ਜਿਉਂਦਾ ਤੁਹਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ। ਕੱਲ ਚੜ੍ਹਦੇ ਸੂਰਜ ਦੀ ਪਹਿਲੀ ਕਿਰਨ ਦੇ ਨਾਲ ਉਹਨਾਂ ਦੇ ਘਰਾਂ ਦੇ ਵਿੱਚ ਹਮੇਸ਼ਾ ਹਮੇਸ਼ਾ ਲਈ ਹਨੇਰਾ ਕਰ ਦਿਆਂਗਾ। ਮੈਨੂੰ ਮਾਰਦੇ ਕਿਉਂ ਹੋ? ਮੈਨੂੰ ਇਹ ਤਾਂ ਦੱਸੋ ਮੇਰਾ ਕਸੂਰ ਕੀ ਹੈ? ਓਏ ਕੋਈ ਬਚਾਓ ਮੈਨੂੰ ਇਹਨਾਂ ਤੋਂ। ਹਾਏ ਬਾਬਾ, 100-100 ਕੋਹਾਂ ਦੂਰੋਂ ਤੈਨੂੰ ਕਿਸੇ ਨੇ ਬਚਾਉਣ ਨਹੀਂ ਆਉਣਾ ਤੇ ਤੇਰਾ ਕਸੂਰ ਏ ਕਿ ਤੂੰ ਇਹ ਨਹੀਂ ਜਾਣਦਾ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਬੁੱਗਰ ਦਾ ਰਾਜ ਚੱਲਦਾ ਹੈ। ਕਦੋਂ ਕਿਹਨੂੰ ਮਾਰਨਾ ਹੈ, ਕਿੱਥੇ ਮਾਰਨਾ ਹੈ ਤੇ ਕਿਉਂ ਮਾਰਨਾ ਹੈ, ਇਹ ਰੱਬ ਮੈਨੂੰ ਪੁੱਛ ਕੇ ਕਰਦਾ ਹੈ। ਇਹ ਰੱਬ ਮੈਨੂੰ ਪੁੱਛ ਕੇ ਕਰਦਾ ਹੈ। ਕੰਜਰਾ, ਛੱਡ ਦਿਓ ਮੇਰੇ ਬਾਪੂ ਨੂੰ, ਛੱਡ ਦਿਓ। ਪੂਰਿਆ, ਵੇਖ ਕਿਵੇਂ ਕੀਰਨੇ ਪਾਉਂਦੀ ਆ। ਜਾਪ ਨਹੀਂ ਦਿੰਦੇ, ਨਹੀਂ ਦਿੰਦੇ, ਨਹੀਂ ਜਿੱਤੀਏ ਇੱਧਰ ਨਾ ਆਈ। ਇਹਨਾਂ ਕੰਜਰਾਂ ਨੇ ਤੈਨੂੰ ਛੱਡਣਾ ਨਹੀਂ। ਬੱਚਾ ਦੀਏ, ਬੱਚਾ ਪਾਂਜਾ, ਫੜ ਲਾ ਕਬੂਤਰੀ ਨੂੰ, ਪੱਟ ਦੇ ਖੰਭ ਸਾਲੀ ਦੇ। ਅੱਜ ਨਹੀਂ ਜਾਣ ਦਿੰਦਾ ਇਹਨੂੰ, ਭੱਜ ਕੇ ਕਿੱਥੇ ਜਾਏਗੀ? ਭਾਈ, ਇਸ ਸਾਲੀ ਦਾ ਵੀ ਕੰਡਾ ਕੱਢਦਿਆਂ। ਛੱਡ ਦੇ ਮੈਨੂੰ, ਨਹੀਂ ਨਹੀਂ, ਰੱਬ ਦੇ ਵਾਸਤੇ ਛੱਡ ਦੇ ਮੈਨੂੰ, ਨਹੀਂ ਨਹੀਂ, ਰੱਬ ਦੇ ਵਾਸਤੇ ਛੱਡ ਦੇ ਮੈਨੂੰ। ਤੈਨੂੰ ਰੱਬ ਦੇ ਵਾਸਤੇ ਛੱਡ ਦਿਆਂ, ਚੱਕੀਆਂ ਮੈਂ ਚੜਾ ਲਈਆਂ ਤੇ ਛੱਡ ਦਿਆ ਤੈਨੂੰ ਰੱਬ ਦੇ ਵਾਸਤੇ। ਬੜੀ ਗੁੱਸੇ ਚ ਲੱਗਦੀ ਹੈ ਭਾਬੀ। ਸੰਭਲ ਕੇ, ਸੰਭਲ ਕੇ, ਹੋਰ ਵੀ ਲੋਕੀ ਵਸਦੇ ਨੇ ਦੁਨੀਆਂ ਚ,
ਸਿੰਘਾ ਮਿੱਟੀ ਨਾ ਚੁੱਕੀ ਰੱਖਿਆ ਕਰ ਹਰ ਵੇਲੇ। ਕੰਮ ਕਰ ਤਾਂ ਤੈਨੂੰ ਕੋਈ ਹੈ ਨਹੀਂ, ਅੱਜ ਚੁੰਦਰ ਵਰਗੇ ਮੂੰਹ ਨੂੰ ਚੱਕ ਕੇ ਸਾਰਾ ਦਿਨ ਤਾਂ ਫਿਰਦਾ ਰਹਿੰਦਾ ਆ। ਉਹ ਇਹ ਜਿਹੜਾ ਕੰਮ ਮੈਂ ਕਰ ਰਿਹਾ ਇਹ ਕੋਈ ਛੋਟਾ ਮੋਟਾ ਆ? ਉਹ ਹੈ ਕੋਈ ਮਾਈ ਦਾ ਲਾਲ ਜਿਹੜਾ ਮੇਰੀ ਜਸ ਪਿੱਛੇ ਗੇੜੀ ਮਾਰੇ? ਆਹੋ ਆਹੋ, ਤੈਨੂੰ ਹੀ ਘੜ ਕੇ ਵਾੜ 'ਚ ਵੜ ਗਿਆ ਸੀ ਰੱਬ, ਉਸ ਤੋਂ ਬਾਅਦ ਤਾਂ ਜੰਮਿਆ ਹੀ ਨਹੀਂ ਕੋਈ ਮਾਈ ਦਾ ਲਾਲ। ਉਹ ਹੋਰ ਕੋਈ ਜੰਮ ਵੀ ਕਿਵੇਂ ਪਊ ਜੱਟ ਦੇ ਬਰਾਬਰ? ਜੇ ਆਹੀ ਹਾਲ ਰਿਹਾ ਨਾ, ਹੱਥ ਮਲਦਾ ਰਹਿ ਜੂ ਜੱਟ। ਜਸ ਜੰਜ ਤਾਂ ਹੁਣ ਜੱਟ ਹੀ ਲੈ ਕੇ ਢੁੱਕੂ। ਇਹ ਮੂੰਹ ਤੇ ਮਸਰਾ ਦੀ ਦਾਲ। ਕਰਦੇ ਜੀਜੇ ਚ ਮੁਸਕ ਤਾਂ ਮਾਰਦਾ ਹੀ ਸੀ, ਭੈੜਾ ਰੰਗ ਵੀ ਮੁਸਕੀ ਹੋ ਗਿਆ। ਵੇ ਜਾ ਵੇ ਤਾਰੀ, ਮੈਨੂੰ ਕੀ ਪਤਾ ਤੂੰ ਸੇੜੇਗਾ ਤਾਂ ਤੇਰਾ ਜੀਜਾ ਮੇਰੇ ਤੇ ਵਟ ਖਾਊਗਾ, ਕਹੂਗਾ ਤੇਰੇ ਭਰਾ ਸੇੜਦੇ ਆ। ਜੀਜਾ ਤੂੰ ਸੱਚੀ ਵਟ ਖਾ ਜਾਂਦਾ? ਚੱਲ ਸਾਲਾ ਜੀਜੇ ਦਾ ਮਾਰਨ ਸਿਰ ਚ ਪਾਨਾ ਰੋਬੜਾ ਵੱਧ ਮਸਾਲੇ ਦੇ। ਵੇ ਜਾ ਵੇ, ਜੀਜੇ ਸਾਲੇ ਚ ਝੇਡਾ ਤਾਂ ਹੁੰਦੀਆਂ, ਤੂੰ ਐਵੇਂ ਮੇਰੇ ਭਰਾਵਾਂ ਨੂੰ ਝਿੜਕੀ ਜਾਂਦਾ। ਬਹਿ ਜਾ ਲੁਤਰੋ ਬਹਿ ਜਾ, ਮੈਂ ਜਾਣਦਾ ਸਾਰੇ ਚੰਦ ਪਾਉਣ ਵਾਲਿਆਂ ਨੂੰ, ਇਹ ਵਿਹਲੇ ਬਹਿ ਕੇ ਖਾਣ ਵਾਲੇ ਆ। ਚੱਲ ਤੂੰ ਖੇਤ ਵਿੱਚ ਜਾ ਕੇ ਨਾ, ਕਾਹਦੀ ਖਾਤਰ ਬੁਲਾਇਆ? ਚਲੋ ਘਾਹ ਮਾਰ ਜਾ ਕੇ। ਤੇ ਤੂੰ ਬਈ ਵੱਟਾਂ ਸਾਫ਼ ਕਰੋ, ਤੇ ਮੈਂ ਟਰੈਕਟਰ ਜਾ ਕੇ ਨਾ ਹਲਵਾ ਕੇ ਸੁਹਾਗਾ ਮਾਰਨਾ। ਉਹ ਤੋਂ ਬਾਅਦ ਜੀਜਾ ਲੋਕ ਤਾਂ ਆਉਂਦੇ ਹੁੰਦੇ ਵੀ ਆਪਾਂ ਤਾਂ ਸੁਹਾਗੇ ਤੇ ਚੜੇ ਮਾਰ ਨਹੀਂ ਹੁੰਦੇ, ਤੂੰ ਤਾਂ ਫੇਰ ਟਰੈਕ ਤੇ ਚੜ ਕੇ ਸੁਹਾਗਾ ਫੇਰੇਗਾ। ਉਹ ਸਾਨੂੰ ਤਾਂ ਹੋਰ ਹੀ ਲੋਕ ਰਿਸ਼ਤਾ ਕਰਨ ਵਾਲੇ ਬਥੇਰੇ ਆ, ਟਿਕ ਜਾ ਕਰੋ, ਚਲੋ ਕਰੋ ਕੰਮ। ਚੱਲ ਪੈਰ ਪੁੱਟ ਲੈ ਹੁਣ। Oh.
ਸਾਡੀ ਜ਼ਮੀਨ ਤੇ ਕਿਉਂ ਕਬਜ਼ਾ ਕਰਦੇ ਜੀ? ਰੱਬ ਦਾ ਕੰਮ ਕਰੋ। ਤੇਰੀ ਚੁੰਨੀ ਰੱਬ ਦੀ ਦਿੱਤੀ ਹੈ, ਇੱਥੋਂ ਦਾ ਰੱਬ ਮਾਇਆ ਬੱਕਰ ਸਿੰਘ। ਮਾਫ ਕਰ ਦੇ ਯਾਰ। ਆ 5 ਮਿੰਟ ਦੇ ਵਿੱਚ ਵਿੱਚ ਆਪਣੇ ਟੱਬਰ ਨੂੰ ਲੈ ਕੇ ਇੱਥੋਂ ਤਫਾ ਹੋ ਜਾ, ਨਹੀਂ ਤਾਂ ਮੈਂ ਵੱਢ ਕੇ ਤੇਲ ਦੇ ਤਲ ਕੇ ਹਰੀ ਕੇ ਪੱਤਣ ਸਿੱਟ ਦਿਆਂਗਾ। ਸਮਝੇ? ਜਾ 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 ਪੈਰ ਫੱਟ ਲਾਉਣਾ। ਬਾਈ ਜੀ ਤੁਸੀਂ ਆਰਾਮ ਕਰੋ, ਮੈਂ ਸੰਭਾਲਦਾ ਇਹਨਾਂ ਨੂੰ। ਨਹੀਂ ਛੋਟੇ, ਪਤਾ ਨਹੀਂ ਅੱਜ ਤੈਨੂੰ ਛੱਡ ਕੇ ਜਾਣ ਨੂੰ ਦਿਲ ਨਹੀਂ ਕਰਦਾ। ਬਈ ਮੰਜਾ ਡਾ ਬੈਠੀਏ, ਚੱਲ। ਸੱਚ ਬੋਲਦਾ? ਹਾਂਜੀ ਸਰਦਾਰ ਜੀ, ਮਿੱਟੂ ਨੇ ਜ਼ਮੀਨ ਵੇਚਣ ਦੇ ਨਾਂ ਤੇ ਸਾਡੇ ਨਾਲ ਧੋਖਾ ਕੀਤਾ ਸਰਦਾਰ ਜੀ। ਅੱਜ ਉਹ ਪ੍ਰੇਮਾ ਦਾਰੇ ਭੇਜ ਕੇ ਸਾਡੇ ਨਾਲ ਕੁੱਟਮਾਰ ਕਰਾਈ ਤੇ ਸਾਨੂੰ ਕੁੱਟ ਕੇ ਭਜਾ ਦਾ। ਅਸੀਂ ਤਾਂ ਕਿਸੇ ਜੋਗਰੇ ਨਹੀਂ ਰਹੇ ਸਰਦਾਰ ਜੀ, ਬਰਬਾਦ ਹੋ ਗਿਆ ਅਸੀਂ। ਸਾਡੀ ਮਦਦ ਕਰੋ ਸਰਦਾਰ ਜੀ, ਬਰਬਾਦ ਹੋ ਗਏ ਸਰਦਾਰ ਜੀ। ਸਰਦਾਰ ਜੀ ਥਾਣਾ ਬੰਦਾ ਸੱਚਾ ਹੈ, ਮੈਂ ਇਹਨੂੰ ਚੰਗੀ ਤਰ੍ਹਾਂ ਜਾਣਦਾ, ਇਸ ਵਿਚਾਰੇ ਨਾਲ ਤਾਂ ਹੋਈ ਤੱਕਾ ਹੈ। ਸਾਡੇ ਹੁੰਦਿਆਂ ਕਿਸੇ ਮਜ਼ਲੂਮ ਨਾਲ ਧੱਕਾ ਨਹੀਂ ਹੋ ਸਕਦਾ, ਇਹ ਗੱਲ ਸਾਰੀ ਦੁਨੀਆ ਜਾਣਦੀ ਹੈ। ਰੱਬ ਦੇ ਘਰੋਂ ਤਾਂ ਕੋਈ ਖਾਲੀ ਮੁੜ ਸਕਦਾ, ਪਰ ਦੁੱਲੇ ਦੇ ਘਰੋਂ ਨਹੀਂ। ਜਾਓ, ਤੁਹਾਡੀ ਲੋੜ ਹੋਈ ਤਾਂ ਬੁਲਾ ਲਾਂਗੇ। ਅੱਛਾ ਜੀ, ਦੇਖਣ ਨੂੰ ਤਾਂ ਸਾਡੇ ਵਾਲੇ ਲੱਗਦੇ ਆ। ਓਏ ਨਾਲੇ ਸਾਲੇ ਲਿੱਤਰ ਖਾਂਦੇ ਰਹੇ, ਨਾਲੇ ਬੋਲਣੋਂ ਨਹੀਂ ਹਟੇ। ਓਏ ਲੱਛਣ ਤਾਂ ਸੋਡੇ ਵਾਲੇ ਲੱਗਦੇ ਸੀ। ਓ ਠੀਕ ਕਿਹਾ ਬਾਈ, ਠੀਕ ਕਿਹਾ। ਕੌਣ ਹੈ? ਅੱਛਾ ਤੁਸੀਂ ਆਓ ਲੰਡੂ ਬਦਮਾਸ਼, ਜਿਹੜੇ ਥਾਣੇ ਦੀ ਜ਼ਮੀਨ ਤੇ ਕਬਜ਼ਾ ਕਰੀ ਬੈਠੇ ਹੋ। ਇਹ ਕੰਮ ਦਲੇਰ ਮਰਦੀ ਕਰਦੇ ਨੇ, ਕਬਜ਼ੇ ਲੈਣੇ ਤੀਵੀਆਂ ਦਾ ਕੰਮ ਨਹੀਂ ਹੁੰਦਾ। ਇਹੀ ਤਾਂ ਮੈਂ ਸੋਚ ਰਿਹਾ ਕਿ ਇਹ ਕੰਮ ਤੀਵੀਆਂ ਨੇ ਕਦੋਂ ਕਦਾ ਕਰਨਾ ਸ਼ੁਰੂ ਕਰ ਦਿੱਤਾ। ਲੱਗਦਾ ਤੇ ਨਹੀਂ। ਓਏ ਜੇ ਆ 50 ਝੋਟੇ ਦੇ ਮਾਰਾਂ ਤਾਂ
चारे लत्ता धरती च गड़ लिया, फिर तेरे जे टट पूंजिए दी ता हैसियत ही की है, हैं? वाह, स्वाद आ गया है। और मैं ता सोचता सी कि पंजाब दिया मावां ने सूर में जमने बंद कर दिते ने, कोई ते मिलिया जिहड़ा बुग्गर सिंह दे सामने खड़े होके इन्नी गल कर सके। छड़े बब्बर शेर नू टट पूंजिया दसण वालिया मरण तो पहला अपना नां ते दस, नां दस आए। मौत तो कदे उहदा नां नहीं पुछीदा, ते जे मैं दस दिता ता तेरा मूत निकल जाना है। कई सूर में मैं अपने पैरां थले रौंद के उन्हां नूं विच्चों चीर के धरती दे विच गड़ चुकिया, उन्हां दे सिवे बाल चुकिया छोटिया। ए तेरा भुलेखा है, ओ कोई सूर में नहीं होने, चूना चूना लाउण वाले पहिए होने। अच्छा, ते हुण तेरा वाह एक जट दे पुत नाल पै चुकिया है, जिहदा नां सुन के मौत वी पासा वट जांदी है। जट दा पुत आए, आए जनानिया वांगू फैणी पाई जाएगा कि कुछ करके भी दिखाएगा। ओए बद जाता, तेरी इन्नी हिम्मत कि तू मेरे भाई दे सामने पौके? भाई छोड़ दिया। नहीं, खड़ो 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 खड़ो। ओ भाई, कर दे सड़ दा कोगा चित। नहीं ओ किलिया, इहदे नाल मैनू ही कट्टा कट्टी कढ़न दे। ओए स्वाद आ गया छोटू, मेरी भी बड़े चिरा तो रीत सी मैनू एहो जा मर्द टकरे जिहड़ा मेरी देह नू चीर के मेरे खून नाल धरती लालो लाल कर देवे। क्या बात है छोटे, छोटे छड़ता। लख्यो चाचे। ओए रुको रुको, ठंडे मत तेरा काम लाओ, कानून नू अपने हाथ ही ना लाओ। ਕੀ ਹੋਇਆ, ਕੀ ਹੈ, ਕੀ ਰੌਲਾ ਤੁਹਾਡੇ ਦੋਵਾਂ ਦਾ? ਹੁਣ ਆ ਕੀ ਹੈ, ਇਹਦਾ ਦਾਣਾ ਪਾਣੀ ਮੁੱਕ ਗਿਆ। ਹੈਂ ਚਾਚਾ, ਚਾਚਾ
चाचा तेनु किने गलत फहमी पाई है ठाणेदारा कि साडा कोई रौला है तेनु कुछ नहीं हुंदा भाई जे रौला नहीं तो इन्ना बग क्यों कट्ठा करी बैठे हो जिथे दो शेर कट्ठे होंदे ने अथे कदे कदे रौले पाए भी जांदे ने मलकीत जी जनाब रिपोर्ट लिख लिख दें जी नहीं रिपोर्ट लिखाई ते तू इनू अंदर कर देना है ते फिर मैनू एहजा दुश्मन कित्थों लब्भेगा ठाणेदारा ओए तू मेरी परवाह ना कर मैं कदे थाने कचहरियां दी वक्त नहीं मनी जे कोई कमी पेशी रह गई है तो हुण ही कढ लैने ए ना समझी कि गल मुक गई है अगे तो जिथे भी मिलिया आ दिन तेरी जिंदगी दा आखरी दिन होवेगा छोड़े चाचा क्यों चाचा ओए मैं तेरी मुलाकात दी उड़ीक रखांगा जे ना मिलिया ता मैं आप लब लांगा बल्लिया मैं भी तुहाडे दोहां दी निकलन दी उड़ीक कर रहा मिंट मारो ते इत्थे तुरदे फिरदे नजर आओ दोनों कुछ नहीं हुंदा सरदार जी ए नहीं रे की क्या है तू नहीं नहीं रे नहीं झूठ बोलता है तू झूठ बोलता है ए नहीं हो सकता झूठ बोलता है तू ए बुग्गर सिंह दा भरा है ए मैं तो पूछे बगैर नहीं मर सकता नहीं मर सकता डॉक्टर इनू जिंदा कर रहा है नहीं ते मैं तेरी रूह कट के एदे विच फूक देगा इनू जिंदा कर कुत्ते इनू जिंदा कर ओ कुत्तिया इनू जिंदा कर छोटे अक्का खोल यार लाली इन क्या अक्का खोले छोटे तेन मेरी सौ उठ यार नहीं चकता बुग्गर दे भरा नू चकता
सीधी छाती च डिस्के डिस्के डिस्के। आज मैं भी जाऊं गुरुद्वारे, दो रुपए दा मत्था टेकू पूरे दो रुपए दा। सुन कुड़े गुरमीत करे, इना दा सारा टब्बर इना अंतरिया ने मारता सी, कला कला मुंडा सी, इना पढ़िया लिखिया सी, हुण विचारा कंधा च टक्करा मार मार के पागल हो गया। नी बुगर क्या नाल ता ऐ होनी चाहिदी सी। नी चल नी पैणे, आपा की लेना, चल डंगर बच्चा भी सांभणा। इस खुशी दे मौके ते तोड़ियां जोरदार ताड़ियां दी गूंज विच तोड़े रूबरू है पंजाब दी मशहूर गायक जोड़ी प्रगट भागू ते रुखसार भागू। कुर्बान दिलदारां लई शेरां जिहे जिगरे, हां शेरां जिहे जिगरे ने हुंदे जट्टां दे ला के निभांदे सिरां नाल यारियां इज्जतां नूं दाग लगण ना दिंदे ने जान नालों वध अणखां प्यारियां। शेरां जिहे जिगरे ने हुंदे जट्टां दे ला के निभांदे सिरां नाल यारियां ला के निभांदे सिरां नाल यारियां। कर लेंदे बंद वे खुबूहे वारियां शेरां जिहे जिगरे ने हुंदे जट्टां दे ला के निभांदे सिरां नाल यारियां इज्जतां नूं दाग लगणे ना दिंदे ने जान नालों वध अणखां प्यारियां। शेरां जिहे जिगरे ने हुंदे जट्टां दे ला के निभांदे सिरां नाल यारियां ला के निभांदे सिरां नाल यारियां ला के निभांदे सिरां नाल यारियां। जद मैं बैरी दी हैक च गोली मारी ना साले नू डिगदा देख के सची मेरा सिर खून बद गया। दिल नू तसली जी हुई है कि मैं चाचे दी मौत दा बदला ले लिया। ए सब तेरी बदौलत होया ते आ चख तेरी मखबरी दा इनाम। ओ पूरे इना दी लोड़ ता है नहीं सी पर जे तू इन्हें मान ना दिना रख लैने और लोगों ना भावें लख गदारियां कीतियां होन पर थोड़े ना कीती वफादारी का ता मुल मुड़दा जे दुश्मनों के घर का एक एक जीदा मलिया मेट हो जाए आ साला कन्न का पड़दा पटिया हजे तक लौट नहीं है। नरैना कदे नहीं सी मरता ते सच्चा कदे डाकू नहीं सी बनता। जे बलबीरो कुकर दी बुक्कड़ च ना जा पैंदी हाथ पा लिया जी एनू गिरफ्तारी नहीं कहंदे। कदे कदे बंदे दी जिंदगी च अणख ते जरूरत दा सवाल खड़ा हो जांदा है।
ਜੀ ਇਹਨੂੰ ਪਿਤਾਰੀ ਨਹੀਂ ਕਹਿੰਦੇ ਕਿਉਂਕਿ ਪਾਲਿਆ ਬੰਦੇ ਫੁੱਟਾਂ ਦੇ ਨਾਲ ਨਹੀਂ ਦਲੀਲਾਂ ਦੇ ਨਾਲ ਨਾਪੇ ਜਾਂਦੇ ਨੇ ਤੈਨੂੰ ਤੇਰੇ ਕੀਤੇ ਦਾ ਮੁੱਲ ਜ਼ਰੂਰ ਮਿਲੂਗਾ ਜ਼ਰੂਰ ਮਿਲੂਗਾ ਸਰਦਾਰ ਜੀ ਅਸੀਂ ਪੂਰੀ ਕੋਸ਼ਿਸ਼ ਕੀਤੀ ਪਰ ਛੋਟੇ ਸਰਦਾਰ ਜੀ ਦੇ ਕਾਤਲ ਦਾ ਕੋਈ ਪਤਾ ਨਹੀਂ ਲੱਗਿਆ ਜਿਸਨੇ ਮੇਰੇ ਭਰਾ ਨੂੰ ਮਾਰਿਆ ਹੈ ਜੇ ਉਹ ਇਸ ਧਰਤੀ ਤੇ ਜ਼ਿੰਦਾ ਹੈ ਤਾਂ ਮੈਨੂੰ ਹਰ ਸੂਰਤ ਕਾਤਲ ਚਾਹੀਦਾ ਦਿਨ ਰਾਤ ਇੱਕ ਕਰ ਦਿਓ ਜੀ ਸਰਦਾਰ ਜੀ ਸਤਿ ਸ੍ਰੀ ਅਕਾਲ ਦਲੀਪ ਸਿੰਘ ਤੇਰੇ ਭਰਾ ਦੀ ਮੌਤ ਦਾ ਸੁਣ ਕੇ ਬਹੁਤ ਦੁੱਖ ਹੋਇਆ ਹੈ ਉਹ ਤੂੰ ਫਿਕਰ ਨਾ ਕਰ ਉਹਦੇ ਕਾਤਿਲ ਚੌਧਰੀ ਤੋਂ ਬਚ ਨਹੀਂ ਸਕਦੇ ਸਾਲੇ ਪਤਾਲ ਵਿੱਚ ਕਿਉਂ ਨਾ ਲੁਕੇ ਹੋਣ ਉੱਥੋਂ ਵੀ ਕੱਢ ਲਿਆਊਂਗਾ ਉਹਨਾਂ ਨੂੰ ਅਤੇ ਲਿਆ ਕੇ ਕਾਨੂੰਨ ਦੇ ਸਾਹਮਣੇ ਖੜਾ ਕਰੂੰਗਾ ਬਸ ਤੂੰ ਇੱਕ ਵਾਰੀ ਬਿਆਨ ਲਿਖਾ ਦੇ ਠੋਕ ਕੇ ਗੱਲ ਸੁਣੋ ਚੌਧਰੀ ਬਹੁਤਾ ਡਰਾਮਾ ਕਰਨ ਦੀ ਲੋੜ ਨਹੀਂ ਦੁੱਲਾ ਤੇਰੇ ਲੂਲੇ ਲੰਗੜੇ ਕਾਨੂੰਨ ਦਾ ਮੁਹਤਾਜ ਨਹੀਂ ਜਿਹੜਾ ਸਬੂਤ ਤੇ ਬਿਆਨਾਂ ਦੀਆਂ ਵਿਸਾਖੀਆਂ ਤੇ ਚੱਲੇ ਦੁੱਲਾ ਖੁਦ ਇੱਕ ਕਾਨੂੰਨ ਹੈ ਆਪ ਹੀ ਥਾਣਾ ਕਚਹਿਰੀ ਤੇ ਆਪ ਹੀ ਜੱਜ ਹੈ ਬੰਦੇ ਲੱਭ ਲੈਣ ਦੇ ਫੈਸਲਾ ਵੀ ਮੈਂ ਆਪ ਹੀ ਕਰਨਾ ਹੈ ਦਲੀਪ ਸਿੰਘ ਮੇਰਾ ਇੱਕ ਮਸ਼ਵਰਾ ਹੈ ਤੈਨੂੰ ਕਿ ਭੁੱਲ ਕੇ ਵੀ ਕਾਨੂੰਨ ਨੂੰ ਕਦੇ ਆਪਣੇ ਹੱਥ 'ਚ ਨਾ ਲਈ ਭਰਾ ਨੂੰ ਤਾਂ ਗਵਾਹੀ ਚੁੱਕਿਆ ਤੂੰ ਕਿਤੇ ਆਪਣੇ ਆਪ ਨੂੰ ਇਹੀ ਜਿਹੀ ਮੁਸੀਬਤ 'ਚ ਨਾ ਫਸਾ ਲਈ ਜਿੱਥੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਵੇ ਤੇਰੇ ਵਾਸਤੇ ਓਏ ਬਹੁਤੀ ਸਿੱਖਿਆ ਨਾ ਦੇ ਚੱਲ ਤੁਰਦਾ ਬਣ ਇੱਥੋਂ ਮੇਰਾ ਦਿਮਾਗ ਪਹਿਲਾਂ ਹੀ ਬਹੁਤ ਚੱਕਰਾਇਆ ਹੋਇਆ ਹੈ ਕਿਤੇ ਕੋਈ ਕਾਰਾ ਨਾ ਕਰਾ ਦੀ ਮੈਥੋਂ ਚੱਲ ਤੂੰ ਠੀਕ ਹੈ ਦਲੀਪ ਸਿੰਘ ਮੈਂ ਚੱਲਦਾ ਅੱਗੇ ਤੇਰੀ ਮਰਜ਼ੀ ਕਿਵੇਂ ਚਾਰ ਛਿੱਲੜਾਂ ਖਾਤਰ ਲੇਲੜੀਆਂ ਕੱਢਦਾ ਫਿਰਦਾ ਬੋਲ ਵੀ ਪਏ ਹੁਣ ਕੁਛ ਦੇਖ ਕੀਰਤ ਸੁਣਿਆ ਮੈਂ ਚਾਚਾ ਜੀ ਬਾਰੇ ਦੁੱਖ ਵਾਲੀ ਗੱਲ ਆ ਪਰ ਮੇਰਾ ਵੀ ਤਾਂ ਕੋਈ ਦਿਲ ਹੈ ਪਤਾ ਕਿੰਨੇ ਦਿਨਾਂ ਤੋਂ ਉਡੀਕਦੀ ਸੀ ਹੁਣ ਮਿਲਿਆ ਤੇ ਆਈ ਮੂੰਹ ਬਣਾ ਕੇ ਬੈਠਾ ਉਹ ਕੀਰਤ ਬਾਈ ਜਿਹੜੀ ਗੱਲ ਕਰਨੀ ਹੈ ਕਰ ਲਾ ਯਾਰ ਜੱਸ ਇਹਨਾਂ ਜੱਟਾਂ ਵਿੱਚ ਤਾਂ ਇਹੋ ਜਿਹਾ ਕੁਝ ਚੱਲਦਾ ਹੀ ਰਹਿੰਦਾ ਤੂੰ ਚੁੱਪ ਕਰ ਜਾ ਬਿਜੂ ਅਜਿਹਾ ਹੁਣ ਨੂੰ ਕੀ ਹੈ ਭੱਦਰ ਕਰ ਰਹੀ ਹੈ ਜੱਸ ਚਾਚਾ ਸੀ ਉਹ ਮੇਰਾ ਮੈਨੂੰ ਬਹੁਤ ਪਿਆਰ ਕਰਦਾ ਸੀ ਮੈਂ ਸਮਝ ਸਕਦੀ ਹਾਂ ਤੂੰ ਹੌਸਲਾ ਰੱਖ ਕੀਰਤ ਆਏ ਨੀ ਦਿਲ ਛੱਡੀ ਦਾ ਉਹ ਬੱਚਾ ਇੱਧਰ ਆ ਹਾਂ ਬਾਬਾ ਮੈਨੂੰ ਚਾਹ ਦੀ ਬਾਟੀ ਪਿਆ ਦੇ ਤਰੀਜਾ ਜੇ ਕਾਰ ਹੋ ਜਾਣੀ ਹੈ ਲਿਆਉਣਾ ਬਾਬਾ ਜੀ ਮੈਨੂੰ ਇੰਜ ਲੱਗਦਾ ਜਿਵੇਂ ਤੇਰੇ ਮੇਦੇ ਵਿੱਚ ਗਰਮੀ ਹੁੰਦੀ ਹੈ ਤੈਨੂੰ ਮਰਦਾਨਾ ਕਮਜ਼ੋਰੀ ਹੈ ਤੈਨੂੰ ਫਿਰ ਪਹਾੜਾਂ ਤੋਂ ਲਿਆਂਦੀ ਹੋਈ ਜੜੀ ਬੂਟੀ ਦੀ ਦਵਾਈ ਦੇ ਦੀਏ ਹਾਂ ਬਾਬਾ ਜੀ ਫਿਰ ਤਾਂ ਮੈਨੂੰ ਵੀ ਦੇ ਦਿਓ ਕੋਈ ਗਿੱਦੜ ਸਿੰਘੀ ਬਾਬਾ ਜੀ ਬਾਬਾ ਸੀਰ ਵੀ ਹੈਗੀ ਆ ਗੱਲ ਸੁਣੋ ਕਹਿ ਲਿਆ ਤੈਨੂੰ ਪਤਾ ਖਾੜੇ 'ਚ ਕਿਸੇ ਨੇ ਜੰਟੇ ਦਾ ਘੋਗਾ ਚਿੱਤ ਕਰਤਾ ਹਾਂ ਕੀ ਆਉਣਾ ਤੂੰ ਓਏ ਖਾੜਾ ਲੱਗਿਆ ਹੋਇਆ ਸੀਗਾ ਚਾਂਟਾ ਵੀ ਗਿਆ ਸੀ ਤਿੜਿਆ ਤਿੜਿਆ ਮੁੱਛਾਂ ਨੂੰ ਵੱਟ ਦੇ ਕੇ ਖੜਾ ਸੁਣ ਆਂਦੇ ਆ ਭੀੜ ਚੋਂ ਹੀ ਕਿਸੇ ਨੇ ਹਿੱਕ 'ਚ ਮਾਰੀ ਦਮੂਕ ਆਪਾਂ
ਖੇਤੀ ਦੀ ਅੱਗੇ ਚੱਲਦੇ ਹਾਂ। ਚਲੋ 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 ਚਲ ਕਾ ਲੈ ਬਾਬਾ ਬੱਲੇ ਬੱਲੇ। ਤੂੰ ਇੱਥੇ ਕੀ ਕਰਦਾ? ਜਿੱਥੇ ਫੁੱਲ ਤੇ ਉੱਥੇ ਭਰੇ। ਉਹ ਭਰੇ ਨਹੀਂ ਓਏ ਭੂੰਡ, ਤੇ ਜਿੱਥੇ ਭੂੰਡ ਉੱਥੇ ਛਿੱਤਰ। ਇਹ ਕੀ ਕਰਦੇ? ਅੱਛਾ ਤੂੰ ਇਹਨਾਂ ਦਾ ਰਾਖਾ, ਤੇ ਤੇਰੀ ਵੀ ਤਾਂ ਪੈੜ ਨੱਪਣੀ ਪੈਣੀ ਹੈ ਬਾਈ। ਕਹਿ ਤਾਂ ਠੋਕ ਦਿਆਂ। ਓਏ ਕੀ ਪਸੂੜੀ ਪਾਈ ਆ ਤੁਸੀਂ? ਚਲੋ ਕਿਉਂ ਲੜੀ ਜਾਂਦੇ ਹੋ? ਓ ਪੀਪੀ ਮਾਮਾ, ਤੂੰ ਇੱਥੇ ਵੀ ਫੁੱਟ ਪਿਆ। ਮਾਮਾ ਪੀਪੀ ਦਾ ਮਤਲਬ ਪਤਾ ਤੈਨੂੰ? ਪੰਜਾਬ ਪੁਲਿਸ। ਜਿਸ ਦਿਨ ਇਮਾਨਦਾਰ ਪੁਲਿਸ ਨਾਲ ਵਾਹ ਪੈ ਗਿਆ ਨਾ, ਫਿਰ ਤੈਨੂੰ ਮਾਮੇ ਨਹੀਂ ਸਾਰੇ ਫੁੱਫੜ ਲੱਗਿਆ ਕਰਨਗੇ। ਸਮਝ ਗਿਆ? ਚਲੋ ਆਪਦੇ ਆਪਦੇ ਘਰਾਂ ਨੂੰ। ਚਲੋ ਕੁੜੀਓ, ਚਲੋ ਤੁਸੀਂ ਵੀ। ਹੈਲੋ। ਸਤਿ ਸ਼੍ਰੀ ਅਕਾਲ ਭਾਈ ਜੀ। ਸਤਿ ਸ਼੍ਰੀ ਅਕਾਲ ਜਲਿਆ, ਕਿਵੇਂ ਪਿੰਡ ਸਾਹਿਬ? ਠੀਕ ਠਾਕ ਆ? ਸਭ ਠੀਕ ਹੈ ਭਾਈ ਜੀ। ਆ ਲੈ ਭਾਬੀ ਨਾਲ ਗੱਲ ਕਰ ਲੈ। ਲੈ ਭਾਬੀ। ਹੈਲੋ, ਕਿਵੇਂ ਹੋ ਜਸ਼ਨ? ਸਤਿ ਸ਼੍ਰੀ ਅਕਾਲ ਭਾਬੀ ਜੀ, ਪੈਰੀ ਪਹਿਨਾ। ਜਿਉਂਦੇ ਵਸਦੇ ਰਹੋ। ਤੁਹਾਡੀ ਆਵਾਜ਼ ਨੂੰ ਕੀ ਹੋਇਆ ਭਰਜਾਈ? ਜੰਟੇ ਨੂੰ ਕਿਸੇ ਨੇ ਗੋਲੀ ਮਾਰਤੀ ਜਸ਼ਨ। ਹੈ? ਗੋਲੀ ਮਾਰਤੀ? ਬਸ ਤੈਨੂੰ ਪਤਾ ਹੀ ਹੈ ਇਹਨਾਂ ਦੇ ਕੰਮਾਂ ਕਾਰਾਂ ਦਾ। ਜਸ਼ਨ ਤੂੰ ਛੇਤੀ ਘਰ ਪਰਤਿਆ। ਮੈਂ ਘਰ ਕਿਵੇਂ ਆਵਾਂ? ਜਿੱਥੇ ਰਿਸ਼ਤਿਆਂ ਦੀ ਕਦਰ ਨਾ ਹੋਵੇ ਨਾ, ਉੱਥੇ ਆਉਣ ਨੂੰ ਦਿਲ ਨਹੀਂ ਕਰਦਾ ਭਰਜਾਈ। ਤੂੰ ਹੁਣ ਮੈਨੂੰ ਹੋਰ ਰਵਾਵੇਂਗਾ? ਪਰ ਮੈਂ ਵੀ ਮਜਬੂਰ ਹਾਂ। ਲਿਆ ਬੇਬੇ ਮੈਨੂੰ ਦੇ ਫੋਨ, ਮੈਂ ਕਰਦਾ ਚਾਚੇ ਨਾਲ ਗੱਲ। ਉਹ ਚਾਚਾ, ਮਾਂ ਜਦੋਂ ਵੀ ਤੈਨੂੰ ਫੋਨ ਕਰਦੀ ਹੈ ਤੂੰ ਹਮੇਸ਼ਾ ਇੱਦਾਂ ਹੀ ਕਿਉਂ ਬੋਲਦਾ ਆ? ਉਹ ਨਹੀਂ ਕੀਰਤ ਪੁੱਤਰਾ, ਇੱਦਾਂ ਦੀ ਵੀ ਕੋਈ ਗੱਲ ਨਹੀਂ। ਤੂੰ ਹੁਣ ਚੁੱਪ ਕਰਕੇ ਘਰ ਆ ਜਾ, ਨਹੀਂ ਤੇ ਤੂੰ ਜਦੋਂ ਵੀ ਮੈਨੂੰ ਬੁਲਾਵੇਂਗਾ ਮੈਂ ਨਹੀਂ ਤੇਰੇ ਨਾਲ ਬੋਲਣਾ। ਉਹ ਕੀਰਤ, ਤੇਰੇ ਵਿੱਚ ਤਾਂ ਮੇਰੀ ਜਾਨ ਵੱਸਦੀ ਹੈ, ਤੂੰ ਤਾਂ ਮੇਰਾ ਸ਼ੇਰ ਪੁੱਤ ਹੈ, ਮੇਰਾ ਯਾਰ ਆ ਤੂੰ। ਤਾਂ ਹੀ ਤਾਂ ਫਿਰ ਮੈਂ ਕਹਿੰਦਾ ਆ ਆ ਜਾ ਯਾਰ ਚਾਚਾ। ਠੀਕ ਆ ਕੀਰਤ ਪੁੱਤਰਾ, ਮੈਂ ਦੇਖਦਾ। ਠੀਕ ਹੈ, ਹੁਣ ਤੂੰ ਜਹਾਜ਼ ਖਰੀਦਣਾ ਆ? ਦੇਖ ਚਾਚਾ, ਤੇਰੇ ਇਹ ਬਹਾਨੇ ਮੈਂ ਕਈ ਵਾਰ ਸੁਣ ਚੁੱਕਿਆ, ਤੈਨੂੰ ਕਿਤੇ ਆਪਣਿਆਂ ਦੀ ਯਾਦ ਨਹੀਂ ਆਉਂਦੀ? ਉਹ ਯਾਦ ਤਾਂ ਬਥੇਰੀ ਆਉਂਦੀ ਆ ਕੀਰਤ ਪੁੱਤਰਾ, ਚੱਲ ਆਪਾਂ ਇਹਦੇ ਬਾਰੇ ਫੇਰ ਗੱਲ ਕਰਦੇ ਹਾਂ। ਚੰਗਾ ਯਾਰ ਚਾਚਾ ਫਿਰ। ਇਸ਼ਕ ਨੇ ਦਸਤਕ ਦਿਲ ਤੇ ਦਿੱਤੀ, ਤੇ ਕਾਇਨਾਤ ਨੇ ਗੱਲ ਸੁਣਾਈ, ਵੇਖ ਤੇਰੇ ਆਪ ਉਤਰ ਕੇ ਪਰੀਅਸ। ਵਾਹ ਅਰਸ਼ੋ ਉਤਰੀ ਪਰੀ, ਮੈਨੂੰ ਆਵਾਜ਼ ਦੇ ਲਈ। ਚੰਗਾ ਆ ਜਾਵਾਂਗੀ, ਯਾਦ ਕਰਕੇ ਬੁਲਾ ਲਈ। ਠੀਕ ਹੈ ਠੀਕ ਹੈ, ਹਾਂ ਠੀਕ ਹੈ ਠੀਕ ਹੈ, ਆ ਜਾਊਂਗੀ। ਮਰ ਗਈ ਮੈਂ। ਮੈਂ ਕਿਹਾ ਜੀ ਗਲਤੀ ਹੋ ਗਈ, ਮੈਂ ਤੁਹਾਨੂੰ ਦੇਖਿਆ ਨਹੀਂ। ਨਾ ਤੇਰੇ ਕੋਈ ਮਗਰ ਲੱਗਿਆ? ਤੈਨੂੰ ਕੁੜੀ ਨਹੀਂ ਦੇਖੀ ਹੈਗੀ, ਐਡੇ ਐਡੇ ਖੋਪੇ ਲਾਇਆ, ਦੱਸੋ ਕਿੱਥੋਂ ਤੈਨੂੰ। ਲਓ ਜੀ ਖੋਪੇ ਲਾ ਕੇ ਗਲਤੀ ਮੰਨ ਲੈਨੇ ਆ। ਐਡੀ ਲੰਬੀ ਲੰਜੀ ਕੁੜੀ ਤੈਨੂੰ ਦਿਸੀ ਨਹੀਂ? ਫਿਰ ਵਿਹੜੇ ਵਾਲੇ ਕਹਿੰਦੇ ਸਿਮਰ ਬਾਲਾ ਬੋਲਦੀ ਆ। ਨਾ ਬੋਲਾਂ ਨਾ ਤਾਂ ਹੋਰ ਕੀ ਕਰਾਂ, ਨਾਲੇ ਮੇਰੀਆਂ ਪਾਥੀਆਂ ਖਿਲਾਰਤੀ ਆ, ਹੁਣ ਕਹਿੰਦਾ ਜੀ ਗਲਤੀ ਹੋ ਗਈ। ਲਓ ਜੀ ਹੁਣ ਦੋਵੇਂ ਤਰੀਕੇ ਨਾਲ ਗਲਤੀ ਮੰਨ ਲਈ ਆ, ਖੋਪੇ ਲਾ ਕੇ ਵੀ ਤਾਂ ਖੋਪੇ ਲਾ ਕੇ ਵੀ। ਤੁਸੀਂ ਫੇਰ ਗੁੱਸਾ ਕਰੀ ਜਾਂਦੇ ਹੋ। ਨਾ ਗੁੱਸਾ ਨਾ ਕਰਾਂ ਤਾਂ ਹੋਰ ਕੀ, ਮੈਂ ਗਿੱਧਾ ਪਾਵਾਂ? ਉਹ ਤੂੰ ਤਾਂ ਹੀ ਚੜੀ ਜਾਂਦੀ ਹੈ, ਤੇਰੀਆਂ ਪਾਥੀਆਂ ਡਿੱਗੀਆਂ, ਕਿਤੇ ਸੋਨੇ ਦੀਆਂ ਮੋਹਰਾਂ ਤਾਂ ਨਹੀਂ ਡਿੱਗ ਪਈਆਂ? ਸੋਨੇ ਦੀਆਂ ਮੋਹਰਾਂ ਮੈਂ ਚੁੱਲ੍ਹੇ 'ਚ ਪਾਉਣੀਆਂ, ਮੈਨੂੰ ਤਾਂ ਆਪਣੀਆਂ ਪਾਥੀਆਂ ਦੀ ਭਾਅ ਕਰਦਾ ਕਿ ਨਮੂਨਾ ਜਿਹਾ ਨਾ ਹੋਵੇ। ਦੇਖੋ ਜੀ ਹੁਣ ਤੁਸੀਂ ਬਾਹਲਾ ਬੋਲੀ ਜਾਂਦੇ ਹੋ। ਉਹ ਤੈਨੂੰ ਨਹੀਂ ਪਤਾ ਇਹ ਕੌਣ ਹੈ?
हवेली आले सरदार दलीप सिंह दा छोटा वीर है जशन। हाय नी मैं मर जा हवेली आंदा काका। ओ करमू ओए हो जा केड़ा टीका लग गया ओदे ओ तां तितरी हो गई। भाई ए तां मैनू भी नहीं पता ओदे केड़ा टीका लग गया, जिहड़ा ओनू समझ आ गया ते हाली तक मैनू नहीं समझ आया। चल आपां समझ के की लेना जिहड़ी गल ही ना समझ आवे। तैनू समझ पैना ही नहीं करमू, आ तैनू मैं समझाउणा। सौ रब दी मैनू पता हुंदा हवेली सरदारां दा काका, मैं क्यों बोलदी। कुड़ी बाई जी विच बजी, बाई जी कुड़ी विच बजे ते पाथियां खिलर गईआं ते टोकरा मैनू की चकाता, मैनू नहीं समझ आई। सिमर कौरे तेरी जबान भी बाली लपर लपर करदी आ। आपां समझ के की लैणा सिमरी, अज नहीं तू बचदी, इत्थां घर तक पहुंच गए। आ लो जी तुहाडा समान, ते एक बारी फिर तो गलती मानदे आ जी, माफ कर देना। चल वे करमो। हाय शुक्र रब दा किसी ने नहीं देखा, नहीं तो बेबे ने मेरी गुत्ती पड़ देनी सी, होर चित्रां नूं थां हो जांदी। नहीं सी तू तुसीं कल्लियां कल्लियां खेली जानी हो, मैनू भी खिला लो। देख नहीं सी मेरे तू बहुता रौला पाती है, पहला मेरी मित्त है। जे तू छेती छेती खेलेंगी ताही तो मेरी मित्त आऊगी, फिर सहेलियां कहंदियां सिमर बाला बोलदी आ। वाखरू केड़ा कंजर कहंदा तू बोलदी बथेरा, तेरे मुँह दा जी भी नहीं, असी सारियां तो कमलियां दा टोला, बस तू ही सियाणी जम्मी है तेरी बेबे ने। नहीं भैने मेते दा चल, तू भी तेरे वांगू जवा ही नहीं बोलदी। चंगा ठीक है तू भी बाली चतरौना बन, कल नू बगाने घर जाना, कुड़िया नू घट ही बोलना चाहिदा बेबे कहंदी है। नहीं भैने पहला मैनू मित खेल लैन दे, मैं कम जाना। ले हुण तू भी कल्ला रहण जा राजी। मैनू की पता खड़ा रहन दे, सारा पिंड ही इन्हां दा, आपा की लेना आपा अपना खेलदे आ। बाई अज फिर नैथों कोई पंगा पै जावे, मैथों तां उछले वी जाणा इक लत्त ते होड़ा है ना जी, आपा खिसके इत्थों। क्यों डरी जाना है मैं, कल तो वो पाथियां का टोकरा सी, अज तक खाली हथी है, नाले कित्थे होया फोड़ा तेरे। बाई कसूती थां ते होया जी। नी सिमरो नी तेरा बेड़ा गर्क जे, तू तो ना घरे वड़ी ना, सारा दिन जवाकड़िया ना कौले कछदी फिरदी है। नी मैं तां तैनू हट्टी ते गुड़ लैण घल्लिया सी, तू इत्थे आके जवाकड़िया ना पीचो खेडी जानी है। बेबे कहंदी इक मित ला जा। हाँ गप्पी किसे थां दी। नी कर दा काम जे मैं ही सिर सड़ाउणा सी ते तैनू पाल के कोठे जिहड़ी काहदे लई करे आ, चल करे दस दियां तेरे प्यो नूं मैं। बेबे चल नी वी वारी समझाया तैनू भी घर दे काम नूं भी माड़ा मोटा ध्यान दे लिया कर, क्यों तपाई रखदी है, हुण तू घरों बाहर पैर पट के दिखाई, जे तेरी गुत ना पट्टी तां मेरा नाम भी गोलो ना जाणी। करमू अजकल दियां कुड़ियां ते मां प्यो दा काफी दाबा है यार। चल चल दस दियां तेरे प्यो नूं। बेबे कान छड़ दे। ना इहनूं कुछ समझाया कर, कोठे जिड्डी होगी हट्टी ते भेजिया सी गुड़ लैण, जवाकां नाल खेडण ओह हजे नहीं हटदी। एवें ना बहुता झिड़किया कर मेरी धी नूं, आही चार दिन खेडण दे मेरी सिमर दे, नाले गल सुन ए ती नहीं तेरा पुत्तर है पुत्तर। मेरी गल सुन, होर दो सालां नूं इहनूं ब्याह के किसे दे घरे नहीं भेजणा, ए छोटी नहीं रही हुण, जिहनूं कंधेड़ी चक्के मेला दिखा लिया हुंदा सी, मटियार होगी मटियार,
अगले तो आखन गए भी माँ प्यो ने मत नहीं दिती। देख ले बापू, बेबे सोचती है कि जिवें मैनूं तेरी पग दा ख्याल ही नहीं। देखिया मैं तेनूं आख्या सी ना, मेरा पुत्र बहुत सियाणा। शाबाश पुत्र, शाबाश, जाओ खेडो। नहीं सिमरो, मेरी गलता सुन। हाय वे रब्बा, की करा मैं इस कुड़ी दा। गोलो, तिया मापियां दे कर जिन्ना हस खेड लैन उन्ना ही थोड़ा। पता नहीं इन्हां चिड़ियां दे लेखां विच रब ने की लिखिया। ਕਿਹੜਾ ਭੰਗੜਾ ਪਾ ਰਹੇ ਹੋ ਤੁਸੀਂ? ਇਹ ਭੰਗੜਾ ਨਹੀਂ ਜੀ, ਮੈਂ ਤਾਂ ਗਾਰਾ ਮਿੱਧ ਰਹੀ ਹਾਂ। ਗਾਰਾ ਮਿੱਧ ਰਹੇ ਹੋ? ਅੱਛਾ, ਇਕੱਠੇ ਦੋ ਦੋ ਕੰਮ, ਨਾਲੇ ਗਾਰਾ ਅਤੇ ਨਾਲੇ ਭੰਗੜਾ। ਇਹਨੂੰ ਕਹਿੰਦੇ ਨੇ ਗਾਰਾ ਭੰਗੜਾ। ਅੱਜ ਬੇਬੇ ਬਾਪੂ ਮਾਸੀ ਕੋਲ ਗਏ ਹੈ। ਬੇਬੇ ਕਹਿੰਦੀ ਰਹਿੰਦੀ ਤੂੰ ਘਰ ਦਾ ਕੰਮ ਨਹੀਂ ਕਰਦੀ। ਮੈਂ ਸੋਚਿਆ ਕਿ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਂ ਗਾਰੇ ਨਾਲ ਕੰਧੋਲੀਆਂ ਹੀ ਲਿਪਦਾ। ਅੱਛਾ, ਤਾਂ ਫਿਰ ਸਾਨੂੰ ਵੀ ਸਿਖਾ ਦਿਓ ਗਾਰਾ ਭੰਗੜਾ। ਨਾ ਤੁਹਾਨੂੰ ਇਹ ਸਿੱਖਣ ਦੀ ਕੀ ਲੋੜ ਹੈ, ਤੁਹਾਡੇ ਤਾਂ ਪੱਕੀ ਹਵੇਲੀ ਹੈ ਨਾ। ਇਹਦੀ ਜ਼ਰੂਰਤ ਤਾਂ ਕੱਚੇ ਕੋਠੇ ਵਾਲਿਆਂ ਨੂੰ ਹੁੰਦੀ ਹੈ। ਕਦੇ ਪੱਕੀਆਂ ਹਵੇਲੀਆਂ ਵਾਲਿਆਂ ਨੂੰ ਵੀ ਪੁੱਛ ਕੇ ਵੇਖੋ ਕਿ ਉਹਨਾਂ ਦਾ ਰੱਬ ਕੱਚਿਆਂ ਘਰਾਂ ਦੇ ਵਿੱਚ ਹੀ ਵੱਸਦਾ। ਤੇ ਆ ਜਾਓ ਫਿਰ। ਇੱਕ ਸੀ ਚਿੜੀ,
एक सी कां दोनों ने सांझी पैली बीजी सी। ओ कहन लगी चिड़ी कहंदी आ जा कां आपां बाजरा बीजिए। मेरे मन के हलादे तू को खुश नहीं हुंदा तू नहीं बब पैरी मुझे पौनागा ठुम ठुम करदा आनागा। ओ कां फेर भी ना आया। फेर चिड़ी कहन लगी भी आ जा कां आपां पानी लाइए बाजरे नूं। कहंदा चल चिड़िए मैं आनागा पैरी मोजे पौनागा ठुम ठुम करदा आनागा। जस आ खड़का कादा होया आ बिल्ली ता नहीं आ गई। बेबे बिल्ली नहीं आ बिल्ला है। कोई नहीं मैं भजौनी आ इनू। चप्पल मार के भजा दे रोज ही दूध पी जांदा है। ओ तू क्यों डरी जानी आ मेरे वाल देख तली ते जान तर के आया तेरे लिए। कितने दिन हो गए तू आई क्यों नहीं। जिन्ना चर तेनू देखा ना साली शरीर नू भी तोड़ जी लगी रहिंदी है। तू भी ना पागल है तू छेती जाए तो इत्थे ना आया कर। ओ जानना जानना यार एक बुक्की ता दे दे। तेनू शर्म नहीं आती पागल बच जाए तो। ओ दे दे यार एक चल छेती। जागदे रहो जागदे रहो। साली डरने वाली आवाज भी नहीं निकलती। ओ तेरी ओए टेंपू। ओके यार मैं चलता हूँ। चंटे नु किने मारया नहीं तो मैं तेरा खून पी जाऊंगा। दस दे काने कातल कौन है। दस काने कातल कौन है। दस दे नहीं तो मैं तेरी कंडी मरोड़ देनी है। दस मेरा मरना तन हो गया। अज अज मेरा मरना तन हो गया। नहीं किलिया तेन कुछ नहीं हुंदा। मैं तेन मर नहीं देना किलिया। भाई भाई अज मैं अपनी वफादारी दा सबूत दे चलिया। वफादारी दा सबूत दे चलिया। भाई किलिया किलिया की गल है लाली किथे भज रहे। मैं काली चा थानेदार हाँ मैनू जान दे नहीं तो। नहीं तो की है? नहीं तो की साल्या दो टके दिया हरामखोर पुलसिया तेरी ये हिम्मत तू साडे टुकड़िया ते पलन वाला कुत्ता है। कुत्ता जे चाहो तो हुने ठोक दे। नहीं यार लाली चल चलिए गल सुना चौधरी अपनी औकात च रहा कर नहीं तो बोरी च पा के नहर च सड़ देंगे। चल लाली चौधरिया चल मनिया। ਕਿਹੜੀਆਂ ਸੋਚਾਂ 'ਚ ਪਏ ਹੋ ਸਰਦਾਰ ਜੀ। ਕੁਛ ਨਹੀਂ ਮੈਂ ਕੀਲੇ ਬਾਰੇ ਸੋਚ ਰਿਹਾ ਸੀ। ਕੀਲੇ ਬਾਰੇ ਸੋਚ ਕੇ ਤਾਂ ਕਲੇਜਾ ਮੂੰਹ ਨੂੰ ਆਉਂਦਾ ਸਰਦਾਰ ਜੀ। ਜੇ ਅੱਜ ਕੀਲਾ ਤੁਹਾਡੀ ਆਈ ਮੌਤ ਨਾ ਮਰਦਾ
ਤਾਂ ਉਸ ਘਰ ਦੀ ਜਗ੍ਹਾ ਇਸ ਘਰ 'ਚ ਵਹਿਣ ਪੈਣੇ ਸੀ। ਹਾਂ, ਕੀਲਾ ਆਪਣੇ ਲੂਣ ਦਾ ਹੱਕ ਅਦਾ ਕਰ ਗਿਆ। ਕੀਲਾ ਤਾਂ ਸਦਾ ਹੀ ਤੁਹਾਡਾ ਵਫ਼ਾਦਾਰ ਸੀ, ਪਰ ਉਸਦੇ ਜਿਉਂਦੇ ਜੀ ਤੁਸੀਂ ਉਸਦੀ ਕਦਰ ਨਹੀਂ ਪਾਈ ਸਰਦਾਰ ਜੀ। ਤੁਹਾਡੇ ਇੱਕ ਫੈਸਲੇ ਨੇ ਸਿਮਰ ਤੇ ਜਸ਼ਨ 'ਚ ਵਿਛੋੜੇ ਪਾਤੇ। ਮੈਂ ਮੰਨਦਾ ਕੀਲਾ ਮੇਰਾ ਵਫ਼ਾਦਾਰ ਸੀ, ਪਰ ਰੇਸ਼ਮ ਦੇ ਕੱਪੜੇ ਨੂੰ ਕਦੇ ਬੋਰੀ ਦੀ ਟਾਕੀ ਨਹੀਂ ਲੱਗਦੀ ਸਰਬੋ। ਚੱਲ ਠੀਕ ਹੈ, ਮੈਂ ਉਹਦੇ ਘਰ ਹੋ ਕੇ ਆਉਣਾ। ਹਾਂ ਠੀਕ ਹੈ, ਜਾਓ। ਬਾਪੂ ਕਿੱਥੇ ਚੱਲੇ ਹੋ? ਮੈਂ ਕੀਲੇ ਦੇ ਘਰ ਹੋ ਕੇ ਆਉਂਦਾ ਸੀ। ਚਲੋ ਫਿਰ ਮੈਂ ਵੀ ਚੱਲਦਾ। ਚੱਲ ਆ ਜਾ। ਸਾਡਾ ਮਾਮਾ ਧੀਆਂ ਦਾ ਕੋਈ ਵਾਲੀ ਵਾਲੀ ਕੋਠੇ ਜਿੱਡੀ ਬਜੜੀ ਬਸ ਕਰ ਜਾ ਸਿਮਰੀ। ਸਤਿ ਸ੍ਰੀ ਅਕਾਲ ਸਰਦਾਰ ਜੀ। ਕੀਲੇ ਦੀ ਕਮੀ ਤਾਂ ਨਹੀਂ ਪੂਰੀ ਹੋ ਸਕਦੀ, ਪਰ ਉਸ ਦੀਆਂ ਕੁਝ ਜ਼ਿੰਮੇਵਾਰੀਆਂ ਜ਼ਰੂਰ ਪੂਰੀਆਂ ਕਰ ਸਕਦੇ ਹਾਂ। ਜਲਿਆ ਜੀ? ਜੀ ਬਾਈ ਜੀ। ਕਿਸੇ ਹੋਰ ਚੀਜ਼ ਦੀ ਵੀ ਲੋੜ ਹੋਵੇ ਤਾਂ ਹਵੇਲੀ ਆ ਜਾਇਓ। ਪਾਪਾ ਪਾਪਾ ਮੈਨੂੰ ਮੇਰੇ ਪਿਤਾ ਜੀ ਦਾ ਲੇਖ ਕਰਵਾ ਦਿਓ। ਥੋੜਾ ਜਿਹਾ ਤਾਂ ਮੈਂ ਕਰ ਲਿਆ, ਬਾਕੀ ਸਾਰਾ ਕਰਵਾ ਦਿਓ। ਚੱਲ ਚੱਲ ਦੱਸ, ਪਹਿਲਾਂ ਮੇਰੇ ਬੱਚੇ ਨੇ ਲਿਖਿਆ ਕੀ ਹੈ ਦੱਸ। ਹਾਂ ਪਾਪਾ ਸੁਣਾਉਂਦੀ ਹਾਂ। ਮੈਨੂੰ ਮੇਰੇ ਪਿਤਾ ਜੀ ਬਹੁਤ ਪਿਆਰ ਕਰਦੇ ਹਨ। ਉਹ ਤਾਂ ਕਰਦੇ ਹੀ ਨੇ, ਉਹ ਇੱਕ ਚੰਗੇ ਆਦਮੀ ਹਨ। ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਕਰਦੇ ਹਨ, ਉਹ ਕਿਸੇ ਤੋਂ ਰਿਸ਼ਵਤ ਨਹੀਂ ਲੈਂਦੇ। ਜਹਨ ਜਨਾਬ ਆ ਮਲਕੀਰ, ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ। ਕੀ ਗੱਲ ਜਨਾਬ, ਅੱਜ ਡਿਊਟੀ 'ਤੇ ਹੀ ਨਹੀਂ ਆਏ? ਪਰੇਸ਼ਾਨੀ ਹੈ ਯਾਰ। ਜਨਾਬ ਜਦ ਇਨਸਾਨ ਜ਼ਿਆਦਾ ਪਰੇਸ਼ਾਨ ਹੋਵੇ ਤਾਂ ਕੁਛ ਫੈਸਲੇ ਵਕਤ 'ਤੇ ਛੱਡ ਦੇਣੇ ਚਾਹੀਦੇ। ਸ਼ਾਇਦ ਤੂੰ ਠੀਕ ਕਹਿ ਰਿਹਾ। ਜੀ ਜਨਾਬ। ਚੜਾ ਤਾ ਗੱਡੀ। ਹਾਂ ਬਾਈ ਜੀ, ਪਾਲਾ ਕਾਣਾ ਸਾਲਾ ਸਾਡਾ ਬੰਦਾ ਹੋ ਕੇ ਸਾਡੇ ਰਾਜ ਖੋਲਣ ਲੱਗਿਆ ਸੀ। ਬਾਪੂ ਕਰਤਾ ਕੰਡਾ ਸਾਲੇ ਦਾ, ਤੇ ਨਾਲ ਵੈਰੀ ਦੇ ਚਮਚੇ ਦਾ ਵੀ। ਮਲਕੀਤ ਸਿੰਘ। ਹਾਂਜੀ। ਮੈਂ ਹਫ਼ਤੇ ਵਾਸਤੇ ਬਾਹਰ ਜਾ ਰਿਹਾ, ਪਿੱਛੋਂ ਜਿੰਨੇ ਵੀ ਪੈਂਡਿੰਗ ਕੇਸ ਹਨ ਜੀ ਜਨਾਬ, ਉਹਨਾਂ ਸਾਰਿਆਂ ਦੀ ਤਫਤੀਸ਼ ਕਰਨਾ ਤੇਰਾ ਕੰਮ ਹੈ। ਮੈਂ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਵਾਂਗਾ ਜਨਾਬ। ਜਨਾਬ ਮੈਨੂੰ ਤੁਹਾਡੇ ਬਾਪੂ ਦੀ ਮੌਤ ਦਾ ਬਹੁਤ ਦੁੱਖ ਹੈ, ਮੈਂ ਉਸ ਸੰਬੰਧ ਵਿੱਚ ਤੁਹਾਡੇ ਬਿਆਨ ਲਿਖਣਾ ਆ। ਕੋਈ ਬਿਆਨ ਨਹੀਂ ਲਿਖਾਉਣੇ ਮੈਂ। ਜੇ ਤੁਸੀਂ ਕੁਝ ਕਹੋਗੇ ਨਹੀਂ ਅਸੀਂ ਤੁਹਾਡੀ ਮਦਦ ਕਿਵੇਂ ਕਰਾਂਗੇ?
मैं सिर्फ तुहाडी सहायता लई आया। नहीं चाहीदी सानू किसे दी कोई भी मदद, रब दा वास्ता चले जाओ तो। पर बीबा मैं तुहाडे अगे हाथ जोड़दी आ, सानू कल्ले छड़ दो। एक वारी फिर सोच लो, तुहाडे द्वारा दित्ते गए बयान मैनू तुहाडे बापू दे कातलां तक पहुंचाउण विच मदद करनगे। मैं तुहाडे अगे हाथ जोड़दी आ, सानू कल्ले छड़ दो। साडे तुहाडी मदद दी कोई लोड़ नहीं, चले जाओ इत्थों। चल जसवीर। करमू तू तो चाचा जी दे बहुत नेड़े सी ना यार, ये जशन चाचे ते सिमर दा की चक्कर सी? तेनू तो सारा पता ही होना ना। बाई जी सिमर नू बहुत सच्चा प्यार करदे सी। बाई जी ने अपने प्यार दी गल सरदार जी नू दसी। अजो करदे आं गल। मैं क्या बाई जी, मैं तुहाडे नाल अपनी जिंदगी दे एक अहम फैसले बारे गल करनी है जी। हाँ बोल जशन, की गल है? बाई जी गल यह आ कि मैनू हो गया कुड़ी नाल प्यार, ते मैं उहदे नाल व्याह करवाउणा चाहुंदा। ये तो बड़ी चंगी गल है, पर वो कौन कुड़ी है, की खानदान है उहदा, किन्नी जमीन है उहनां कोल, किस रुतबे दे लोग है वो? बाई जी ये भी मैं सब कुछ दसदा, पर एक मुश्किल है। तू परवाह ना कर, जे कुड़ी वाले ने ना नुकर कीती तां पछुक लियावांगे उहनू। बाई जी वो अपने कीले दी कुड़ी है सिमरन। की कीले दी कुड़ी? तेरा दिमाग तो ठीक है जशन, कित्थे आपां ते कित्थे हो? बाई जी मैं उसे कुड़ी नू ब्याह के घर लैके आऊंगा ना, उही मेरी जिंदगी दी सब तो वड्डी खुशी होएगी। खुशी नहीं, लड़पणे विच लै गए फैसले हमेशा गलत हुंदे ने। ते जद छोटे गलत फैसला लैण, वड्डियां दा फर्ज हुंदा उहनां नू रोकणा। तैनू कदे किसे गल्लों रोकिया नहीं, रोकिया नहीं, ती नहीं पुत्तां वांग पालिया। सिमर तैनू यह सोचना चाहीदा सी कि साडे कच्चे घरां वालिआं दी उहनां अगे हैसियत की है। हवेलियां वाले सरदारां दे बराबर दी हैसियत है इन्हां दी? कीला मेरा सिर्फ एक नौकर है। उन्होंने मैनू नौकर नहीं बल्कि टब्बर दा एक जी समझिया होया, ते मेरे जमीर ने उन्हां नू रब दा दर्जा दित्ता होया, ते रब दे बराबर होण दी कोशिश नहीं करी दी। ते मैं इन्हां नूं अपने बराबर का दर्जा नहीं दे सकता, इन्हां दी हैसियत मेरे पैरां च पई तूड़ तो ज्यादा कुछ भी नहीं। सरदार दे पैरां दी तूड़ मत्थे नाल लाउणी मैं अपनी खुशकिस्मती समझदा। साडे दादे पड़दादे उस परिवार दे सिर ही रहे ने। तू साडे सीरी पाली दी धी नूं इस घर दी नूंह नहीं बना सकता। जुत्ती नूं किन्ने भी हीरे क्यों ना लगे होण, वो पैरां च पाउंदे ही कम आउंदी है, सिर ते नहीं रखी दी। जशन तू अपना राह बदल दे, नहीं तां मैं तेरी तौण वंड के नेड़े च दब दियांगा। सोचांगा इस घर च कोई औलाद जम्मी नहीं। तू अपनी सोच हुण भी बदल दे। जे तू अपनी सोच ना बदली ता तेनों हवेली छड़ के जानी पाएगी, ते मेरा फैसला रब भी नहीं रोक सकता। ते भाई जी मैं भी अपना फैसला बदल नहीं सकता। जशन भाई जी तुसी मेरे भरा दलीप सिंह नहीं हो, तुसी ते एक हंकारी घमंडी ते पत्थर दिल ओ इंसान हो जो इंसानां नूं इंसान ही नहीं समझदे। ते बाई जी तुसी सच्चे सुच्चे प्यार नूं
अमीरी ते गरीबी वाले पल्लियां च पाके तोलदे हो। बाई जी, कोई बंदा पैसे नाल ते डंडे दे जोर दे नाल अमीर नहीं बनता। बंदे दा दिल अमीर होना चाहिए बाई जी, ताही ता दुनिया तुहानू कहिंदी है। दुल्ला पहली चाचा सरदार जी, हाथ इत्थे ही रोक दिओ। जशन नू अपनी जिंदगी दे फैसले लैण दा पूरा अधिकार है। इस हवेली दे फैसले सिर्फ दुल्ला लैंदा है। जे तू उस कुड़ी दा खेड़ा ना छड्या ता तैनू हवेली छड़नी पएगी। लिया की गल है की लिया, अज तेरिया नजरां चुकियां क्यों है? भाई जी, मेरिया नजरां आप जी दे मूहरे ना कदे उठियां ने ना कदे उठन गियां। आप जी की सरदारी ते किले की वफादारी जग जाहर है। सच्ची गल तो यह भी है सरदार जी, जदों किसी दुश्मन का कंडा कढ़ना होवे तो किला हमेशा आप जी के मूहरे होगा, अगे होगा। वफादारी का इस तो बड़ा सबूत होर की हो सकता है? तेरे दिल च की है किलिया, सही सही दस। भाई जी, अज मैनू खुद समझ नहीं आ रहा कि मैं की बोलदा ते क्यों बोलदा, की कहना चाहुंदा ते की कह रहा। पर समां आउण ते किला आप ते अपने परिवार नू तुहाडे तों निछावर कर सकदा। भाई जी, मैं बड़े चिर तों तुहाडा परछावां बन के तुहाडे नाल रह रहा। बस मैनू अपने आप तो वक ना करो भाई जी, वक ना करो, वक ना करो भाई जी। हुण तो जा, फिर गल करांगे। सत श्री अकाल। सिमर दे बापू, रोटी खा ला तू। ले फड़ खा ले। भला रोटी नाल कादा वैर, जे तू ना खादी तां असी भी नहीं खानी। ओए, रोटी खाण जोगा मैनू छड्डिया? मैं पुत्तां तों वध प्यार कीता इहनू, इहने तां मेरा मान ही तोड़ के रख दिता। शायद इहनां दुखां तों डरदे ही कई मापे अपनी धियां नूं जमदे सार ही मार दिंदे सी। पर मैं तां इहनूं पुत्तां वांग पालिया, पर इहने तां मैनूं जिउंदे जी मार ही दित्ता। बापू सिमर, सिमर की होया पुत्त, की होया पुत्त, सिमर की होया? बापू मैनूं माफ कर, बापू मैं तो बहुत बड़ी गलती हो गई। मैं तेरा वही पुत मारी के दिखाऊंगी बापू, मैं फट गई। अपने पुत नु माफ कर दे बापू। नी चंद्रिये, एक बारी आपदे प्यो दी पग वल तां वेदी। मैं फट गई सी बापू, अपने पुत नु माफ कर दे। मेरे हाथ दिए
ਮੇਰਾ ਬਾਬਲ ਗਰੀਬ ਲੱਜਾ ਰੱਖਦੀ ਦੰਦ ਤੋੜ ਮੇਰੇ ਸਿਮਰ ਕੀ ਗੱਲ ਤੂੰ ਮੈਨੂੰ ਦੇਖ ਕੇ ਰਾਹ ਕਿਉਂ ਬਦਲ ਲਿਆ ਜਿਹੜੇ ਰਸਤੇ ਤੇ ਆਪਾਂ ਚੱਲ ਰਹੇ ਹਾਂ ਜਸ਼ਨ ਉਹ ਚ ਕੰਡੇ ਕੰਡੇ ਤੇ ਮੈਂ ਗਰੀਬਣੀ ਤੁਹਾਡਾ ਪਿਆਰ ਦੇਖ ਕੇ ਨਾ ਪਾਟਾ ਗਈ ਸੀ ਪਰ ਇਹ ਮੇਰਾ ਭੁਲੇਖਾ ਸੀ ਮੈਂ ਚਾਹ ਕੇ ਵੀ ਇਸ ਰਸਤੇ ਤੇ ਚੱਲ ਨਹੀਂ ਸਕਦੀ ਤੂੰ ਗਰੀਬਣੀ ਕਹਿ ਕੇ ਆਪਣਾ ਪੱਲਾ ਝੜ ਰਹੀ ਹੈ ਜੇ ਅਮੀਰ ਘਰ ਦੇ ਵਿੱਚ ਮੇਰਾ ਜਨਮ ਹੋ ਗਿਆ ਤਾਂ ਇਹ ਮੇਰਾ ਕਸੂਰ ਹੈ ਔਰ ਮੈਂ ਤੈਨੂੰ ਬਹੁਤ ਬਹੁਤ ਪਿਆਰ ਕਰਦਾ ਸਿਮਰ ਜਸ਼ਨ ਤੇਰਾ ਤੇ ਮੇਰਾ ਤਾਂ ਕੁਝ ਦਿਨਾਂ ਦਾ ਹੀ ਪਿਆਰ ਹੈ ਪਰ ਮੇਰਾ ਮੇਰਾ ਤਾਂ ਮੇਰੇ ਬਾਪੂ ਨਾਲ 20 ਵਰ੍ਹਿਆਂ ਤੋਂ ਵੀ ਪਹਿਲਾਂ ਦਾ ਮੈਨੂੰ ਅੱਜ ਵੀ ਯਾਦ ਹੈ ਕਿ ਮੇਰੇ ਬਾਪੂ ਨਾ ਕਿਵੇਂ ਮੈਨੂੰ ਮੇਲੇ ਕੰਧਾੜੇ ਚੁੱਕ ਕੇ ਲਿਜਾਂਦਾ ਸੀ ਜੇ ਮੈਂ ਬਿਮਾਰ ਹੋ ਜਾਂਦੀ ਨਾ ਪੂਰੀ ਪੂਰੀ ਰਾਤ ਮੈਨੂੰ ਬੁੱਕਲ 'ਚ ਲੈ ਕੇ ਬੈਠਾ ਰਹਿੰਦਾ ਸੀ ਕਿਤੇ ਵੀ ਜਾਣਾ ਹੁੰਦਾ ਮੈਨੂੰ ਗੋਦੀ ਚੁੱਕ ਕੇ ਲਿਜਾਂਦਾ ਕਿ ਕਿਤੇ ਮੇਰੇ ਪੁੱਤੇ ਪੈਰ ਨਾ ਦੁਖਣ ਲੱਗ ਜਾਣ ਤੂੰ ਹੀ ਦੱਸ ਮੈਂ ਉਹਨਾਂ ਪੈਰਾਂ ਥੱਲੇ ਆਪਣੇ ਬਾਪੂ ਦੀ ਪੱਗ ਕਿਵੇਂ ਰੋਲਦਾ ਮੈਂ ਤੇਰੀ ਸੋਚ ਦੀ ਬਹੁਤ ਕਦਰ ਕਰਦਾ ਸਿਮਰ ਪਰ ਮੈਂ ਜਿਹੜੇ ਸੁਪਨੇ ਆਪਣੀ ਜ਼ਿੰਦਗੀ ਜਿਉਣ ਦੇ ਲਏ ਹੋਏ ਹਨ ਮੈਂ ਉਹਨਾਂ ਨੂੰ ਚੱਕਣਾ ਚੂਰ ਨਹੀਂ ਹੋਣ ਦੇਵਾਂਗਾ ਜਸ਼ਨ ਮੈਂ ਮਿਰਜ਼ੇ ਦੀ ਸਾਹਿਬਾ ਵਾਂਗੂ ਆਪਣੇ ਬਾਪੂ ਦੀ ਪੱਗ ਮਿੱਟੀ 'ਚ ਨਹੀਂ ਰੋਲ ਸਕਦੀ ਅਤੇ ਮੇਰੀ ਮੰਗਣੀ ਹੋ ਚੁੱਕੀ ਹੈ ਤੈਨੂੰ ਸੌਂਹ ਲੱਗੇ ਮੇਰੀ ਤੈਨੂੰ ਮੈਨੂੰ ਛੱਡ ਕੇ ਜਾਣਾ ਪਵੇਗਾ ਮੇਰਾ ਇਸ਼ਕ ਮੇਰੇ ਇਸ਼ਕ ਦੀ ਚੋਲੀ ਪਰਦੇ ਮੇਰੇ ਇਸ਼ਕ ਦੀ ਚੋਲੀ ਪਰਦੇ ਹਾਂ ਮੇਰੇ ਅਥਰੂ ਛਮ ਛਮ ਵਰਦੇ ਮੇਰੇ ਇਸ਼ਕ ਦੀ ਚੋਲੀ ਪਰਦੇ ਮੈਨੂੰ ਇਸ਼ਕ ਦੇ ਵਰਗਾ ਕਰਦੇ ਮੈਨੂੰ ਇਸ਼ਕ ਦੇ ਵਰਗਾ ਕਰਦੇ ਜਿੰਨਾ ਇਸ਼ਕ ਕਦੇ ਨਹੀਂ ਕੀਤਾ ਜਿੰਨਾ ਜ਼ਹਿਰ ਕਦੇ ਨਹੀਂ ਪੀਤਾ ਜਿੰਨਾ ਇਸ਼ਕ ਕਦੇ ਨਹੀਂ ਕੀਤਾ ਜਿੰਨਾ ਜ਼ਹਿਰ ਕਦੇ ਨਹੀਂ ਪੀਤਾ ਉਹੀ ਇਸ਼ਕ ਤੇ ਤੋਹਮਤ ਤਰਦੇ ਚੋਲੀ ਪਰਦੇ ਹਾਂ ਮੇਰੇ ਅਥਰੂ ਛਮ ਛਮ ਵਰਦੇ ਮੈਨੂੰ ਇਸ਼ਕ ਦੇ ਵਰਗਾ ਕਰਦੇ ਮੈਨੂੰ ਇਸ਼ਕ ਦੇ ਵਰਗਾ ਕਰਦੇ ਉਹ ਕੀ ਗੱਲ ਚਾਚਾ ਯਾਰ ਤੂੰ ਅਚਾਨਕ ਕੈਨੇਡਾ ਜਾਣ ਦਾ ਪ੍ਰੋਗਰਾਮ ਬਣਾ ਲਿਆ ਕੀਰਤੀ ਯਾਰ ਮੈਂ ਕਿਹੜਾ ਹਮੇਸ਼ਾ ਲਈ ਜਾ ਰਿਹਾ ਕੋਈ ਜ਼ਰੂਰੀ ਕੰਮ ਪੈ ਗਿਆ ਮੈਂ ਗਿਆ ਤੇ ਬਸ ਆਇਆ ਚਾਚਾ ਯਾਰ ਬੇਬੇ ਤੂੰ ਹੀ ਰੋਕ ਲਾ ਚਾਚੇ ਨੂੰ ਚਾਚਾ ਤੂੰ ਕਿਉਂ ਜਾ ਰਿਹਾ ਚਾਚਾ ਮੈਂ ਕਿਹਾ ਤੂੰ ਨਹੀਂ ਜਾ ਸਕਦਾ ਚੱਲ ਵੇ ਸ਼ਰਾ ਬੇਬੇ ਤੂੰ ਕਿਉਂ ਨਹੀਂ ਰੋਕਦੀ ਚਾਚੇ ਨੂੰ ਬਸ ਕਰ ਹੈਲੋ ਉਹ ਕੀ ਹਾਲ ਆ ਯਾਰ ਚਾਚੇ ਦੇ ਉਹ ਮੇਰੇ ਹਾਲ ਤਾਂ ਠੀਕ ਹੈ ਤੂੰ ਸੁਣਾ ਤੇਰੇ ਕੀ ਹਾਲ ਆ ਪੁੱਤਰਾ ਚਾਚਾ ਦੋ ਖਬਰਾਂ ਆ ਪਹਿਲੀ ਤਾਂ ਇਹ ਕਿ ਘੀਲਾ ਬਾਪੂ ਦੀ ਆਈ ਮੌਤ ਮਰ ਗਿਆ ਹੈ ਹਾਂ ਦੂਜੀ ਇਹ ਆ ਕਿ ਸਿਮਰਨ ਨੇ ਹਜੇ ਤੱਕ ਵਿਆਹ ਨਹੀਂ ਕਰਵਾਇਆ ਤੇ ਇਹ ਤੂੰ ਮੈਨੂੰ ਕਿਉਂ ਦੱਸ ਰਿਹਾ ਉਹ ਚਾਚਾ
बाले ड्रामे ना कर, तेरी हुण सारी कहानी दा मैनू पता लग गया। हुण तां मैं सरवाला बन के तेरे नाल घोड़ी चढ़ूंगा। ओ नहीं कीरत, हुण मेरे कोलों आया नहीं जाना। चाचा चुप करके आ जा, तू मैनू रोंदे नू छड्ड गया सी ना, हुण जे किते मैं रुस गया तेनू हमेशा नहीं रवा देना मैं। पर गल तां बाई दी आ। तेनू मेरी सौं लगी जे तू हुण अगे बोलिया तां। बस हुण तू मेरे वास्ते ते चाची वास्ते घेंट जे कपड़े लैके आ जा, फिर आपां दोवें जावांगे चाची नू मिलन। चल ठीक है किरत, देखदा मैं आउणा फिर मैं इंडिया, ठीक है। ओ आ कीती ना चाचा यारां वाली गल। ਅਸੀਂ ਚੱਕਦੇ ਚੌਂਟੇ ਤੇ ਫੇਰ ਫੇਰ ਕੀ? ਅੱਛਾ ਲੱਦਤਾ ਉਹ ਬੱਲੇ ਨਹੀਂ ਆ ਬਾਈ। ਫੇਰ ਸਰਦਾਰ ਜੀ, ਇਹ ਬਜ਼ੁਰਗ ਸਾਹਿਬ ਚੰਦ ਪਿੰਡ ਦਾ ਬਹੁਤ ਪੁਰਾਣਾ ਬੰਦਾ ਤੇ ਦੁੱਲੇ ਦੇ ਪਰਿਵਾਰ ਦੀ ਸਾਰੀ ਰਾਮ ਕਹਾਣੀ ਜਾਣਦਾ। ਦੱਸੋ ਕੀ ਜਾਣਦਾ? ਦੁੱਲਾ ਤਾਂ ਉਹਨੂੰ ਐਵੇਂ ਕਹਿ ਦਿੰਦੇ ਆ ਜੀ, ਸਹੀ ਨਾਂ ਤਾਂ ਉਹਦਾ ਦਲੀਪ ਸਿੰਘ ਹੈ, ਧਰਮ ਸਿਉਂ ਜੈਲਦਾਰ ਦਾ ਮੁੰਡਾ ਆ ਉਹ। ਪੰਗਾ ਤੈਨੂੰ ਭੁਗਤਣਾ ਪਊਗਾ। ਛੱਡੋ ਮੇਰੇ ਕੀਰਤ ਨੂੰ। ਦੁਸ਼ਮਣੀ ਪਾਈ ਹੈ ਦੁਲਿਆ, ਅਚਕ ਦੁਸ਼ਮਣੀ ਦੀ ਪਹਿਲੀ ਕਿਸ਼ਤ ਦਾ ਭੁਗਤਾਨ। ਯਾਦ ਰੱਖੀ, ਤੇਰੇ ਸਾਰੇ ਵੰਸ਼ ਨੂੰ ਧਰਤੀ ਦੇ ਵਿੱਚ ਇੱਕ ਇੱਕ ਕਰਕੇ ਜਿਉਂਦਾ ਕੱਢਾਂਗਾ। ਯਾਦ ਰੱਖੀ।
जशन उठ ना मेरे जशन खा लो तो की फर्क पैना किसी के जमण या मरण के नाल फर्क तो उस मां पिया ना जिदी कुक सुनी हो गई। जशन तू किस नाल गल कर रहे हैं? ए तेरे भाई सरदार दलीप सिंह नहीं, ए ता कब्जे लैण वाला दुल्ला है। तुसी जदों हवेली तो बाहर जाते सी मैं छाते खड़ी होके तुहानू वेखती सी, पता नहीं वापस आओगे कि नहीं। परिवार दे किन्ने जी थोड़े कब्जियां दी बलि चढ़ गए, किन्नियां मावां दियां कुखां सुनियां हो गईयां, किन्नियां सुहागणां रंडियां हो गईयां। की खटिया इन्हां कब्जियां तो, कि इसे नूं आखदे हो सरदारी? ਕਿਸੇ ਨੂੰ ਸਰਦਾਰੀ ਆਖਦੇ ਹੋ? ਦੁੱਲਾ ਭਾਵੇਂ ਭਾਰਤੀਆਂ ਸਾਰੀਆਂ ਲੜਾਈਆਂ ਜਿੱਤ ਗਿਆ ਹੋਵੇ ਪਰ ਪਰਿਵਾਰ ਨੂੰ ਹਾਰ ਗਿਆ ਏ, ਹਾਰ ਗਿਆ ਏ। ਕੀਰ ਭਾਬੀ ਜੀ, ਭਾਬੀ ਜੀ यार चाचा कीर्त की करी जाना यार तू ओ, वो इन्ना बड़ा हो गया हाले भी जवाका बंग करी जाना। ओ यार मैं तो स्वाद जिया नहीं आता तेरे ना पंगे लेने तो बिना। नाले यार ते नाले चाचा ओए तो बस हुण इदां ही आ, मेरी मां दा पुत मेरा भरा, हां मेरे प्यो दा भरा मेरा चाचा, वो अपनी यारी पक्कम पक्की, तीन तीन रिश्तेदारियां आ। ओ गल सोणा मेरा खसम बनिया रे, ना लत परा कर। ओए तो हुण लत भी इत्ती रहू ते जफियां भी इत्ती पहनगियां। जशन, ओ जशन उठ मेरे वीर, आ वेख सूरज गुड़े गुड़े चढ़े पे, अज बापू दी बरसी है, मैं चलदा ते तू तेरी भाभी नूं लेके मड़ी ते आ जी। ठीक है भाई जी, ठीक है। सरदार जी आज सवेरे सवेरे कित्थे दी तैयारी है? सरबजीत तू भी तैयार हो जा, आपां बापू जी दी मड़ी ते मत्था टेकन चलना है। इस तरह तां मैनू मेरे सरदार दलीप सिंह जी बुलाउंदे सी जदों मैं नवी नवी व्याह के आई सी। अज तो बाद तैनू तेरा दलीप सिंह ही मिलूगा। शुक्र है रब दा, शुक्र है। मैं चलदा जी, तू ते जशन आ जा पिछे। ठीक है जी। Thank you.
ਭਾਬੀ ਜੀ, ਬਾਈ ਕੁਝ ਬਦਲਿਆ ਬਦਲਿਆ ਨਹੀਂ ਲੱਗਦਾ? ਵਕਤ ਬੜਾ ਬਲਵਾਨ ਹੈ ਜਸ਼ਨ। ਬਾਈ ਜੀ, ਅਸੀਂ ਵਾਰਦਾਤ ਵਾਲੀ ਥਾਂ ਤੇ ਪਤਾ ਕੀਤਾ। ਮੈਂ ਬੰਦੇ ਛੱਡ ਆ ਬਾਈ ਜੀ, ਜਲਦੀ ਕੋਈ ਸੁਰਾਗ ਮਿਲ ਜੂ। ਮੈਨੂੰ ਕੀਰਤ ਦੇ ਕਾਤਲਾਂ ਦਾ ਬਹੁਤ ਛੇਤੀ ਪਤਾ ਚਾਹੀਦਾ ਹੈ। ਜੀ ਬਾਈ ਜੀ। ਕਿਸੇ ਵੀ ਹਾਲਤ 'ਚ? ਜੀ ਬਾਈ ਜੀ। ਅੱਜ ਬਾਪੂ ਦੀ ਬਰਸੀ ਹੈ। ਜੀ। ਚੱਲ ਮੜੀ 'ਤੇ ਹੋ ਆਈਏ। ਓਏ, ਕੀ ਹੋਇਆ ਤੈਨੂੰ ਅੱਜ? ਪੈਰ ਕਿਉਂ ਪਿਛਾ ਖਿੱਚ ਲਿਆ? ਤੈਨੂੰ ਪਤਾ ਨਹੀਂ ਬਾਪੂ ਦੀ ਮੜੀ 'ਤੇ ਦੀਵਾ ਜਗਾ ਕੇ ਆਉਣਾ ਅੱਜ? ਸ਼ਾਬਾਸ਼ ਬੇਟਾ। ਘੋੜਾ ਅੜੀ ਕਰ ਰਿਹਾ ਬਾਈ ਜੀ, ਮੈਨੂੰ ਕੋਈ ਅਪਸ਼ਗਨ ਲੱਗਦਾ। ਫਿਕਰ ਨਾ ਕਰ ਜੈ ਲਿਆ, ਦੁੱਲੇ ਦੇ ਕਦਮ ਜਿੱਧਰ ਨੂੰ ਵਿਵਾਦ ਜਾਣ, ਮੌਤ ਵੀ ਆਪਣਾ ਰਸਤਾ ਬਦਲ ਦਿੰਦੀ ਹੈ। ਚੱਲ ਆ ਚੱਲੀਏ। ਜੀ ਬਾਈ ਜੀ। ਚੱਲ ਕਿ ਦੁੱਲੇ ਜੱਟ ਦੇ ਦਰਸ਼ਨ ਕਰਕੇ ਕੋਈ ਦੌਰਾ ਦੂਰਾ ਪੈ ਗਿਆ ਤੈਨੂੰ? ਛੋਟੇ ਦਲੀਪਿਆ, ਆ ਦੇਖ ਤੇ ਪਛਾਣ ਮੈਨੂੰ, ਮੈਂ ਕੌਣ? ਵਰੇ ਹੋ ਗਏ, ਮੈਂ ਕਦੇ ਹੱਸਿਆ ਨਹੀਂ, ਪਤਾ ਕਿਉਂ? ਕਿਉਂਕਿ ਮੇਰੇ ਹਾਸੇ ਮੇਰੀ ਹਿੱਕ ਦੇ ਵਿੱਚ ਅੰਗਾਰੇ ਬਣ ਚੁੱਕੇ ਨੇ। ਜਵਾਲਾਮੁਖੀ ਬਣ ਚੁੱਕੇ ਨੇ। ਇਹਦਾ ਮੂੰਹ ਕਾਲਾ ਕਰਕੇ, ਇਹਦੇ ਗਲ 'ਚ ਛਿੱਤਰਾਂ ਦਾ ਹਾਰ ਪਾ ਕੇ, ਖੋਤੀ ਤੇ ਬਿਠਾ ਕੇ ਸਾਰੇ ਪਿੰਡ ਦਾ ਗੇੜਾ ਲਵਾਓ। ਜੇ ਫਿਰ ਵੀ ਕਿਤੇ ਇਹਨਾਂ 25 ਪਿੰਡਾਂ ਵਿੱਚ ਨਜ਼ਰ ਆਵੇ ਤਾਂ ਇਸ ਨੂੰ ਗੋਲੀ ਮਾਰ ਦਿੱਤੀ ਜਾਵੇ। ਤੇ ਹੁਣ ਉਹਨਾਂ ਦੇ ਫਟਣ ਦਾ ਟਾਈਮ ਆ ਗਿਆ। ਛੋਟੇ ਦਲੀਪਿਆ, ਮੈਂ ਆਪਣੇ ਬਾਪੂ ਦੀ ਬੇਇੱਜ਼ਤੀ ਦਾ ਬਦਲਾ ਤੇਰੇ ਤੋਂ ਜ਼ਰੂਰ ਲਵਾਂਗਾ। ਮੈਂ ਜ਼ਰੂਰ ਵਾਪਸ ਆਵਾਂਗਾ ਦਲੀਪਿਆ, ਮੈਂ ਜ਼ਰੂਰ ਆਵਾਂਗਾ। ਅੱਛਾ, ਤਾਂ ਤੂੰ ਉਹਦੀ ਗੰਦੀ ਔਲਾਦ ਹੈ? ਨਾਂ ਦਾ ਸੁੱਚਾ ਤੇ ਕਿਰਦਾਰ ਦਾ ਲੁੱਚਾ ਸੀ ਤੇਰਾ ਪਿਓ, ਤੂੰ ਉਸ ਘਟੀਆ ਨਸਲ ਚੋਂ ਹੈ। ਛੋਟੇ ਖਬਰਦਾਰ, ਜੇ ਇੱਕ ਵੀ ਲਫ਼ਜ਼ ਮੇਰੇ ਬਾਪੂ ਦੇ ਖਿਲਾਫ ਬੋਲਿਆ ਤਾਂ ਮੈਂ ਤੇਰੇ ਚੀਥੜੇ ਉਡਾ ਦਿਆਂਗਾ, ਸਮਝ ਗਿਆ? ਉਦੋਂ ਵਕਤ ਤੇਰੇ ਬੇਗੈਰਤ ਪਿਓ ਦਾ ਸੀ, ਅੱਜ ਵਕਤ ਦੀ ਡੋਰ ਬੁੱਗਰ ਸਿੰਘ ਦੇ ਹੱਥ 'ਚ ਹੈ, ਸਮਝਿਆ? ਓਏ, ਜੇ ਤੇਰਾ ਵਕਤ ਹੁੰਦਾ ਤਾਂ ਤੂੰ ਪਹਿਲੀ ਗੋਲੀ ਪਨੋਈਏ ਦੀ ਹਿੱਕ 'ਚ ਮਾਰਦਾ। ਯਾਦ ਰੱਖ, ਤੇਰੇ ਵਰਗੇ ਚਵਲ ਬੰਦੇ ਦੇ ਹੱਥ ਰੱਬ ਕਦੇ ਮੈਦਾਨ ਨਹੀਂ ਦਿੰਦਾ। ਮਾਰਾਂਗਾ, ਜ਼ਰੂਰ ਮਾਰਾਂਗਾ, ਤੇਰੀ ਇਹ ਖੁਆਇਸ਼ ਵੀ ਮੈਂ ਜ਼ਰੂਰ ਪੂਰੀ ਕਰੂੰਗਾ ਛੋਟੇ। ਓਹ!
ਬੈਠਾ ਲਿਆ ਜੀ ਭਾਈ ਜੀ ਚਿਰ ਸਾਹਰ ਲੈ ਲੈ ਫਿਰ ਤੇਰੀ ਵਾਰੀ ਏ ਮੇਰੇ ਬਾਪੂ ਦੀ ਜ਼ਿੱਲਤ ਭਰੀ ਮਾਂ ਦਾ ਬਦਲਾ ਅਜੇ ਬਾਕੀ ਹੈ ਮੈਂ ਅਜੇ ਵੀ ਤੇਰੇ ਭਰਾ ਨੂੰ ਛੱਡ ਸਕਦਾ ਪਰ ਕੋਈ ਸ਼ਰਤ ਹੈ ਕਿ ਮੈਂ ਤੇਰਾ ਸਿਰ ਆਪਣੇ ਕਦਮਾਂ ਵਿੱਚ ਝੁਕਿਆ ਦੇਖਣਾ ਚਾਹੁੰਦਾ ਤੇਰਾ ਗਰੂਰ ਆਪਣੇ ਕਦਮਾਂ ਵਿੱਚ ਟੁੱਟਿਆ ਵੇਖਣਾ ਚਾਹੁੰਦਾ ਓਏ ਮੇਰੇ ਬਾਈ ਦੀ ਗਰਦਨ ਰੱਬ ਤੋਂ ਬਿਨਾਂ ਕਦੇ ਕਿਸੇ ਅੱਗੇ ਨਹੀਂ ਚੁੱਕੀ ਚੱਲਿਆ ਅਜੇ ਵੀ ਵਕਤ ਹੈ ਛੋਟੇ ਮੇਰੇ ਪੈਰ ਤੇਰਾ ਸਿਰ ਛੋਟੇ ਨਹੀਂ ਬਾਈ ਜੀ ਬਾਈ ਜੀ ਨਹੀਂ ਨਹੀਂ ਬਾਈ ਜੀ ਪਾਸੇ ਵੈਰੀਆਂ ਦਾ ਵਗ ਵੈਰੀ ਇਹ ਸਮਝਦੇ ਆ ਕਿ ਦੁੱਲਾ ਚੁੱਕ ਗਿਆ ਪਰ ਉਹ ਇਹ ਨਹੀਂ ਜਾਣਦੇ ਕਿ ਦੁੱਲਾ ਕਿਸ ਸ਼ਹਿ ਦਾ ਨਾਂ ਹੈ ਅਜੇ ਤੱਕ ਆਪਣੇ ਪੁੱਤਰ ਤੇ ਆਪਣੇ ਭਰਾ ਨੂੰ ਮਰਵਾ ਕੇ ਤੇਰੀ ਗੈਰਤ ਨਹੀਂ ਜਾਗੀ Oh!
बुगर चढ़े स्वाद आ गया है। मैनू तेरे नालों वध स्वाद आ गया चोरिया। सत श्री अकाल। भाई की होया? भाई केले मरा तेनू? भाई किसे ने मारा? खड़ जो तेरे जशन ना मेरे विदा। भाई ना मेरे वीरा, तू इस राह ते ना चली। जे बापू जी ने मैनू रोकया होंदा शायद मेरा भी आ हशर ना होंदा। तू ठीक आखदी सी सरबो, की खट्टिया मैं ना कब्जिया चो, करदा आखरी चिराग भी बजा बैठा। सैकड़े किले जमीन तो मैं बना ली, पर आखरी वक्त दुल्ला खाली हाथ ही जा रहे। मैं तेरे नाल भी कदे तो प्यार दिया गल्ला ना कीतिया सरबो। सर सर इन्हों का अंत इस तरह ही होना सी। सर ये मैं की वेख रहा? जो तैनू बहुत पहला देखना चाहिए सी। मैनू माफ कर दी मेरे वीरा, जिंदगी दे फैसले हुण तू आप ही लई। सरबो भाई सतार जी। नहीं भाई तू नहीं 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 जा सकता तू। माफ कर दे, माफ कर। सखणी चौणी खाली पलड़े किथे बह गयो आके, अणमुलिया दाता तो सब कुछ नहीं भाई, बह गयो आप लुटा। मैं भी देख लिया अजमा के, कल तक बनिया सी रब फिरदा, हुण बह गयो लुट लुटा के, हुण बह गयो लुट लुटा के। कुड़ी सुलफे दी लाड वरगी गबरू चटान वर्गा, कुड़ी सुलफे दी लाड वर्गी सिद्धी दिल च उतरदी जावे।
ਦੱਸਦਾ ਜਾਵੇ।